मैं नहीं बोलना। अस्सलाम वालेकुम जी, ते चढ़ते पंजाब दे वीरां नूं मेरे वालों प्यार भरी सत श्री अकाल जी। मैं तुहाडा दोस्त आद सुलेमान, ते तुसी देख रहे हो जनाब यूट्यूब चैनल कबूतर जिंद जान पाकिस्तान। ते सारे दोस्त नूं लाइक सबसक्राइब ते अगे दोस्तां नाल शेयर करिया करो, ते कमेंट जरूर करिया करो। जिवें तुहाडे मुछां ते आए सन कमेंट, जिवें तुहाडे पंजाबी दे आए सन कमेंट, ते मुछां माशाला फिर दोबारा आ रहियां ने हुण जी, ते कमेंट करना ना भुलिया करो। कमेंट करो और लाइक करो जरूर, क्योंकि लाइक कर दे साडे सो हौसला फदाई हो जांदी है। ते मैं इस टाइम बैठा जी शाहद उर्फ भुला साहब दे कोल, ठीक है, टावर वाली छत दे थले बैठे असीं हुण कमरे जे उपर। मैं कबूतर दिखाए ने, कबूतर क्योंकि नेरा पैण वाला सी, मैं कहा यार पहले कबूतर दिखा लीए। तो जल्दी जल्दी कबूतर दिखाए ने और बहुत नायाब कबूतर ने। लो जी सारे दोस्तों मेरे वालों अस्सलाम वालेकुम जी। वालेकुम सलाम भैन भुला जी, सब तो पहले तो दसो ये सारे दोस्तों ने ना दसो। मैं लब्बा साहब आए जी भगवानपुरे तो, भगवानपुरे भरा ने साडे, ठीक हो गया। चोरी नीर साहब ने जी, नीर कसाई साहब, ये आए ने मुगलपुरे तो, ठीक हो गया। चोरी भाई साहब ने जी, चोरी सही दे शिगिरद ने जी, शिधरे पिंड तो, शिधरे पिंड तो, ठीक हो गया। भाई होर आंदा ते कराता तर तर कराता ए शाह साहब, तुहाडे को गल्लां पुछांगे चंद तुहाडे कबूतरां दे बारे च। वेखो कबूतर हर एक ने रखे ने और अच्छे ने सारे जी, किसी के कबूतर माड़े नहीं है अजकल। नहीं अपने हर बंदे अच्छे रखदा, अच्छे रखदा वे। लेकिन तुहाडे कबूतरां च की खासियत, देखो डिंगे भी गए कबूतर काफ़ी जगह ते, तुहाडे कबूतर तुहाडे डाक्टर साहब भाई ने, इश्तियाक साहब इन्हां दे भाई ने, सके वड्डे वड्डे ने अंदर तुहाडे। हां जी वड्डे ने। ते ਤੁਹਾਡੇ ਕਬੂਤਰ ਬੜੀ ਬੜੀ ਦੂਰ ਵੀ ਗਏ ਨੇ। ਹਾਂਜੀ ਮੋਛੇ ਵਾਲੇ ਹੋ ਗਏ, ਬਲਕਿ ਆਪਣੇ ਮੂੰਹੋਂ ਦੱਸੋ ਸਾਰੀਆਂ ਗੱਲਾਂ, ਕਿਉਂਕਿ ਦੋਸਤੋ ਕਬੂਤਰਬਾਜ਼ੀ 'ਤੇ ਅਗਰ ਗੱਲਾਂ ਹੋਣੀਆਂ ਨੇ, ਇਹ ਜੋ ਦੱਸਣਗੇ ਉਹ ਵਧੀਆ ਦੱਸਣਗੇ। ਉੱਧਰ ਮੂੰਹ ਕਰਕੇ ਸਾਡੇ ਕੋਲ ਜੀ ਆਪਣਾ 51 ਨੰਬਰ ਕਬੂਤਰ ਬਹੁਤ ਅੱਛੇ ਨੇ, 53 ਨੰਬਰ ਨੇ, ਠੀਕ ਹੋ ਗਿਆ। ਉਸ ਤੋਂ ਬਾਅਦ ਮੋਛੇ ਵਾਲੀ ਨਸਲ ਹੈਗੀ ਹੈ, ਉਹ ਤਕਰੀਬਨ ਕੋਈ 30-35 ਸਾਲ ਪੁਰਾਣੀ ਹੈ, ਠੀਕ ਹੋ ਗਿਆ। ਉਹ ਵੀ ਬਹੁਤ ਅੱਛੇ ਨੇ, 32 ਨੰਬਰ ਉਹਨੂੰ ਲਾਉਂਦੇ ਹਾਂ ਮੋਛੇ ਵਾਲਿਆਂ ਨੂੰ, ਠੀਕ ਹੋ ਗਿਆ। ਉਸ ਤੋਂ ਬਾਅਦ ਟੈੜੀ ਕਬੂਤਰ ਨੇ 5 ਨੰਬਰ ਨੇ, ਕੋਈ 4 ਨੰਬਰ ਲੱਗਾ ਕਈਆਂ ਨੂੰ, 10 ਨੰਬਰ ਲੱਗਾ, ਠੀਕ ਹੋ ਗਿਆ। ਉਹ ਵੀ ਬਹੁਤ ਅੱਛੇ ਨੇ, ਬਹੁਤ ਅੱਛਾ ਰਿਜ਼ਲਟ ਹੈ ਜੀ। ਜੀ ਮਾਸ਼ਾਅੱਲਾ। ਔਰ ਮਸਲ ਕਿ ਲਾਲ ਅੱਖਾਂ ਦੇ ਜਿਹੜੇ ਨੇ ਭਾਈ ਸਾਹਿਬ ਨੂੰ ਦਿੱਤੇ ਨੇ, ਬੱਚੇ ਬੁੱਚੇ ਵੀ ਕਾਫੀ ਜੀ, ਠੀਕ ਹੋ ਗਿਆ। ਤੇ ਬੜਾ ਅੱਛਾ ਰਿਜ਼ਲਟ ਇਹਨਾਂ ਸ਼ਾਗਿਰਦਾਂ ਕੋਲ ਵੀ ਆਇਆ, ਠੀਕ ਹੋ ਗਿਆ। ਔਰ ਗੱਲ ਹੈ ਇੱਕ, ਬਾਕੀ ਵੀ ਜਿੱਥੇ ਕਿਤੇ ਦਿੰਦੇ ਆ ਮਾਸ਼ਾਅੱਲਾ ਅੱਛੇ ਉੱਡਦੇ ਨੇ, ਤੇ ਕੋਈ ਰਿਜ਼ਲਟ ਅੱਛਾ ਹੁੰਦਾ ਸ਼ਾਇਦ। ਭਾਈ ਤੁਹਾਨੂੰ ਪਹਿਲੇ ਤਾਂ ਚਲੋ ਨਹੀਂ ਸੀ ਇੱਕ ਗੱਲ ਵੇਚਣ ਦਾ, ਤੁਸੀਂ ਦੋਸਤਾਂ ਨੂੰ ਵੰਡਦੇ ਹੀ ਸੋ, ਸਾਰੀ ਜ਼ਿੰਦਗੀ ਵੰਡੇ ਹੀ ਨੇ ਕਬੂਤਰ। ਹਾਂਜੀ। ਲੇਕਿਨ ਹੁਣ ਜਦੋਂ ਤੁਸੀਂ ਵੇਚਣੇ ਸ਼ੁਰੂ ਕੀਤੇ, ਹੁਣ ਚੰਗਾ ਹੀ ਉਦੋਂ ਚੰਗਾ ਸੀ? ਨਹੀਂ ਜੀ ਚੰਗਾ ਤੇ ਹੁਣ ਵੀ ਚੰਗਾ, ਉਦੋਂ ਵੀ ਚੰਗਾ ਹੀ ਸੀ। ਨਹੀਂ ਲੇਕਿਨ ਹੁਣ ਦਾਣਾ ਪਾਉਣਾ ਇੱਕ ਗੱਲ ਹੈ, ਇੰਨੇ ਕਬੂਤਰਾਂ ਨੂੰ ਦਾਣਾ ਪਾਉਣਾ ਜਾਂ ਇੰਨੇ ਕਬੂਤਰਾਂ ਦੀ ਮੇਨਟੇਨ ਰੱਖਣਾ, ਜ਼ਹਿਰੀ ਗੱਲ ਹੈ ਦਾਣਾ ਮਹਿੰਗਾ ਹੋ ਗਿਆ, 100 ਰੁਪਏ 110 ਰੁਪਏ ਕਿਲੋ ਦਾਣਾ ਬਹੁਤ ਜ਼ਿਆਦਾ ਮਹਿੰਗਾ। ਅੱਛਾ ਦਾਣਾ ਜਿਹੜਾ 100-110 ਰੁਪਏ ਕਿਲੋ ਵਿਕਦਾ ਪਿਆ? ਹਾਂਜੀ। ਹਰ ਬੰਦਾ ਹੀ ਮੁਸ਼ਕਲਾਂ 'ਚ ਵੇ, ਉਹ ਤਾਂ ਮਹਿੰਗਾਈ ਹੈ। ਹਾਂਜੀ ਹਾਂਜੀ। ਅਗਰ ਤੁਸੀਂ ਨਹੀਂ ਵੇਚਦੇ ਫਿਰ ਇਸ ਚੀਜ਼ ਨੂੰ ਬਰਕਰਾਰ ਰੱਖੋਗੇ ਕਬੂਤਰਬਾਜ਼ੀ ਨੂੰ? ਨਹੀਂ ਬਸ ਸਾਡਾ ਗੁਜ਼ਾਰਾ ਮੁਸ਼ਕਲ ਹੋਏਗਾ, ਕਿਉਂਕਿ ਵੇਚਾਂਗੇ ਨਹੀਂ ਤਾਂ ਸਾਡਾ ਕਿੱਥੋਂ ਇਹਨਾਂ ਨੂੰ ਦਾਣਾ ਪਾਵਾਂਗੇ? ਜੀ ਠੀਕ ਹੋ। ਸਾਡਾ ਕਿਹੜਾ ਕੋਈ ਮਿੱਲਾਂ ਚੱਲਣ ਦੀਆਂ ਜਾਂ ਫੈਕਟਰੀਆਂ ਜੀ, ਅਸੀਂ ਉੱਥੋਂ ਫੜ ਫੜ ਕੇ ਇੱਧਰ ਪਾਈ ਜਾਵਾਂਗੇ, ਪਾਈ ਜਾਵਾਂਗੇ। ਤੇ ਜੇ ਇਹਨੂੰ ਵੇਚਾਂਗੇ ਨਹੀਂ ਤਾਂ ਫਿਰ ਸਾਡਾ ਕਿਸ ਤਰ੍ਹਾਂ ਸਰਕਲ ਚੱਲੇਗਾ? ਠੀਕ ਹੋ। ਮਗਰ ਗੱਲ ਇਹ ਹੈ ਕਿ ਜਿਹੜੇ ਦੋਸਤ ਨੂੰ ਬੱਚੇ ਦਿੰਦੇ ਆ ਉਹ ਕੋਈ ਰਿਜ਼ਲਟ ਨਹੀਂ ਦਿੰਦਾ, ਇਸ ਵਾਸਤੇ ਨਹੀਂ ਦਿੰਦਾ ਵੀ ਮਸਲ ਹੈ ਕਿ ਉਹ ਆਪਣਾ ਹੀ ਨਾਂ ਕਰਦਾ ਕਿ ਇਹ ਭਾਈ ਮੇਰੇ ਘਰ ਦੀ ਉੱਡੇ ਨੇ। ਦੁਬਾਰਾ ਬੰਦਾ ਕਿਉਂ ਲਵੇ ਫਿਰ? ਭਾਈ ਤੁਹਾਡੇ ਬੱਚੇ ਨੀ ਚੰਗੇ ਉੱਡੇ ਤੇ ਅੱਗੋਂ ਮੈਂ ਨਹੀਂ ਲੈਣੇ, ਠੀਕ ਤੇ ਬੰਦੇ ਮੰਗਦੇ ਨੇ, ਇਸੇ ਵਾਸਤੇ ਮੰਗਦੇ ਨੇ ਉਹਨਾਂ ਕੋਲ ਅੱਛਾ ਰਿਜ਼ਲਟ ਤੇ ਨਾ ਆਪਣੇ ਵਾਸਤੇ ਉਹ ਲੈਂਦੇ ਨੇ, ਆਪਣੇ ਕਰਕੇ ਦਿੰਦੇ ਨੇ, ਲੈਂਦੇ ਸਾਡੇ ਕੋਲ ਨੇ, ਨਾ ਆਪਣਾ ਕਰ ਲੈਂਦੇ ਕਿ ਭਾਈ ਸਾਡੇ ਘਰ ਦੇ ਉੱਡੇ ਨੇ, ਮਗਰ ਸਾਨੂੰ ਨੀ ਦੱਸਦੇ। ਸਾਡੇ ਕੋਲ ਡਾਇਰੈਕਟ ਪਾਰਟੀਆਂ ਲੱਗਣਗੀਆਂ, ਇਨਸ਼ਾਅੱਲਾ ਅਸੀਂ ਆਪਣਾ ਆਪਣੇ ਥਰੂ ਦਿਆਂਗੇ, ਸਾਨੂੰ ਪਤਾ ਲੱਗੇ ਸਾਡੇ ਕਬੂਤਰ ਵੀ ਉੱਡਦੇ ਨੇ, ਬੱਚੇ ਅੱਛੇ ਉੱਡਦੇ ਨੇ ਮਾਸ਼ਾਅੱਲਾ, ਔਰ ਇਨਸ਼ਾਅੱਲਾ ਲਾਮੇ ਵਾਲਾ ਕੰਮ ਹੀ ਕੋਈ ਨਹੀਂ ਹੈਗਾ। ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜੀ ਇੱਧਰ ਆਵਾਂਗੇ, ਤੁਸੀਂ ਉਸਤਾਦ ਜੀ ਪਹਿਲੇ ਤਾਂ ਗੱਲਾਂ ਕਰੀ ਜਾਓ, ਮੈਂ ਬੋਲੀ ਜਾਓ, ਮੇਰੀ ਬਾਤ ਠੀਕ ਹੈ ਜੀ। ਅੱਛਾ ਇਹ ਗੱਲ ਹੈ, ਪਹਿਲੀ ਤਾਂ ਦੱਸੋ ਤੁਸੀਂ ਸ਼ਾਗਿਰਦ ਕਿਹਦੇ ਹੋ? ਮੈਂ ਜੀ ਚੌਰੀ ਸਖੀ ਸਾਹਿਬ ਦਾ। ਚੌਰੀ ਸਖੀ ਸਾਹਿਬ ਦਾ ਸ਼ਾਗਿਰਦ? ਹਾਂਜੀ ਜੀ, ਮਾਸ਼ਾਅੱਲਾ ਉਸਤਾਦ ਹੋ ਗਏ, ਮੈਨੂੰ 25 ਸਾਲ ਹੋ ਗਏ। ਤੁਹਾਨੂੰ ਉਸਤਾਦ ਹੋਇਆ ਵੀ? ਜੀ ਜੀ 25 ਸਾਲ ਹੋ ਗਏ। ਤੁਹਾਡੇ ਕੋਲ ਇਸ ਟਾਈਮ ਜਿਹੜੇ ਕਬੂਤਰ ਨੇ, ਚੌਰੀ ਸਖੀ ਸਾਹਿਬ ਵਾਲੇ ਨੇ ਜਾਂ ਇਹਨਾਂ ਵਾਲੇ ਨੇ? ਚੌਰੀ ਸਾਹਿਬ ਵਾਲੇ ਵੀ ਆਏ ਨੇ, ਮੇਰਾ ਦੋਸਤ ਹੈ ਭੋਲਾ,
ਇਹਦੇ ਵੀ ਕਬੂਤਰ ਹੈਗੇ ਨੇ ਮੇਰੇ ਕੋਲ। ਉਸ ਤੋਂ ਇਲਾਵਾ ਕਬੂਤਰ ਲਾਲ ਅੱਖ ਦੇ ਕਬੂਤਰ ਇਸ ਇਲਾਕੇ ਦੇ ਵਿੱਚ ਬਹੁਤ ਅੱਛੇ ਨੇ, ਕਿਸੇ ਕੋਲ ਤੇ ਇਹਨਾਂ ਦੇ ਘਰ ਦੇ ਵਿੱਚ ਨੇ ਕਬੂਤਰ। ਹਾਂਜੀ, ਇਸ ਪੱਟੀ ਤੇ ਇਹਨਾਂ ਦੇ ਕਬੂਤਰਾਂ ਨੇ ਇੱਕ ਆਪਣਾ ਲੋਹਾ ਮਨਵਾਇਆ, ਬੜੇ ਉੱਡੇ ਨੇ ਮਾਸ਼ਾਅੱਲਾ। ਡਾਕਟਰ ਸਾਹਿਬ ਕੋਲ ਵੀ ਉੱਡੇ ਨੇ, ਇਹਨਾਂ ਕੋਲ ਵੀ, ਕਿਉਂਕਿ ਇਹਨਾਂ ਦੀ ਉਡਾਉਣ ਵਾਲੀ ਫੀਲਡ ਆਪਣੇ ਘਰ ਨਹੀਂ, ਸ਼ੌਕ ਕਰਦੇ ਉਡਾਉਂਦੇ ਨਹੀਂ। ਮੇਰੇ ਥਰੂ ਕਿਸੇ ਸ਼ਾਗਿਰਦਾਂ ਨੂੰ ਦੋਸਤਾਂ ਨੇ ਜਿਹਨਾਂ ਦਿੱਤੇ ਨੇ, ਅੱਜ ਤੱਕ ਲਾਂਵਾ ਨਹੀਂ ਆਇਆ ਮਾਸ਼ਾਅੱਲਾ। ਉਹ ਮੰਗਦੇ ਨੇ, ਲੋਕ ਕਹਿੰਦੇ ਨੇ, ਮੰਨਦੇ ਨੇ ਉਹਨਾਂ ਕਬੂਤਰਾਂ ਨੂੰ। ਔਰ ਦੇਖੋ, ਕਹਿੰਦੇ ਨੇ ਮੱਕਿਓ ਅੱਗੇ ਉਜਾੜ ਹੁੰਦੀ ਹੈ, ਸ਼ਾਮ ਤੋਂ ਜ਼ਿਆਦਾ ਹੋਰ ਰਾਤਾਂ ਰਹਿ ਕੇ ਅਗਲੇ ਦਿਨ ਤਾਂ ਨਹੀਂ ਕਬੂਤਰ ਨੇ, ਜਾਂ ਰਾਤ ਦੇ 10-12 ਵਜੇ 11 ਵਜੇ ਤਾਂ ਨਹੀਂ ਬਹਿਣਾ। ਇਹਨਾਂ ਦੇ ਕਬੂਤਰ ਮਾਸ਼ਾਅੱਲਾ ਸ਼ਾਮ ਤੱਕ ਉੱਡਦੇ ਨੇ ਜੀ, ਗਰਮੀ ਦੇ ਵਿੱਚ, ਟੈਂਪਰੇਚਰ ਦੇ ਵਿੱਚ। ਹਾਂਜੀ, ਕਿਉਂਕਿ ਇਹਨਾਂ ਦਾ ਭਾਈ ਸੀ ਭੁੱਟੋ, ਭੁੱਟੋ ਸਾਹਿਬ ਇਹਨਾਂ ਤੋਂ ਵੱਡਾ ਸੀ, ਮੇਰਾ ਲੰਗੋਟੀਆ ਯਾਰ ਸੀ। ਅੱਛਾ, ਮੈਂ ਦੇਖਿਆ ਇਹਨਾਂ ਕਬੂਤਰਾਂ ਨੂੰ ਉਸ ਦੌਰ ਤੋਂ, ਇੱਕ ਬੱਚਾ ਉਹਨਾਂ ਨੇ ਮੈਨੂੰ ਦਿੱਤਾ ਸੀ ਗਿਫਟ। ਅੱਛਾ, ਤੇ ਦੋਸਤਾਂ ਨੇ ਕਿਹਾ ਕਿ ਯਾਰ ਇਹ 2 ਨੰਬਰ ਏ, ਇਹ ਸਫੇਦ ਰੰਗ ਇਸ ਤੇ ਨਿਕਲਦੇ ਨਹੀਂ, ਕਿਉਂਕਿ ਬਚਪਨ ਦੇ ਵਿੱਚ ਉਹ ਜੌਂਸਰਾ ਸਫੇਦ ਚਿੱਟਾ ਗੋਲਡਨ ਸੀ, ਸਫੇਦ ਗੋਲਡਨ ਜਿਹੜੇ ਹੁੰਦੇ ਨੇ। ਅੱਛਾ, ਉਹ ਸੀ, ਤੇ ਉਹ ਲੋਕਾਂ ਨੇ ਕਿਹਾ ਯਾਰ ਇਹ ਮੁੱਛ ਵਾਲੇ ਕਬੂਤਰਾਂ ਦੇ ਰੰਗ ਹੀ ਨਹੀਂ ਹੈਗਾ। ਮਗਰ ਮੈਂ ਕਿਹਾ ਯਾਰ ਮੈਨੂੰ ਉਹਨੇ ਗਿਫਟ ਦਿੱਤਾ, ਉਹਨੇ ਕਿਹਾ ਉਡਾਓ ਤੇ ਆਪੇ ਸਾਹਮਣੇ ਆ ਜਾਏਗਾ। ਲਓ ਜੀ, ਮੇਰੇ ਨਾਲ ਅਜ਼ਾਨਾਂ ਸ਼ੁਰੂ ਹੋ ਗਈਆਂ, ਇਹ ਸ਼ਾਹ ਦੀ ਅਜ਼ਾਨ ਸ਼ੁਰੂ ਹੋ ਗਈ ਹੈ। ਤੁਸੀਂ ਯਕੀਨ ਕਰੋ ਕਿ ਐਸਾ ਬ੍ਰੇਕ ਕਰ ਲਈ, ਹਾਂ ਬ੍ਰੇਕ ਕਰ, ਬ੍ਰੇਕ ਕਰ ਲਓ। ਉੱਥੋਂ ਹੀ ਸਟਾਰਟ ਕਰਾਂਗੇ ਜਿੱਥੋਂ ਸਾਡਾ ਸਿਲਸਿਲਾ ਟੁੱਟਿਆ ਸੀ, ਉੱਥੋਂ ਹੀ ਜੋੜਾਂਗੇ। ਅੱਛਾ, ਉਹ ਬੱਚੇ ਦੀ ਗੱਲ ਹੋ ਰਹੀ ਸੀ, ਉਹ ਭੱਟੋ ਨੇ ਮੈਨੂੰ ਇਹਨਾਂ ਦੇ ਭਾਈ ਨੇ ਦਿੱਤਾ ਬੱਚਾ। ਹਾਂਜੀ, ਇੱਕ ਬੱਚਾ ਦਿੱਤਾ ਉਡਾਉਣ ਵਾਸਤੇ। ਅੱਛਾ, ਤੇ ਉਹ ਜਿਸ ਵੇਲੇ ਅਸੀਂ ਉਡਾਇਆ, ਲੋਕਾਂ ਨੇ ਪਹਿਲੇ ਤਾਂ ਤਨਕੀਦ ਕੀਤੀ ਕਿ 1 ਨੰਬਰ ਨਹੀਂ, ਕਿਉਂਕਿ ਉਹ ਜਜ਼ਬਾਤੀ ਜਿਹਾ ਬੰਦਾ ਸੀ, ਉਹਨੇ ਕਿਹਾ ਜੀ ਤੁਸੀਂ ਉਡਾ ਕੇ ਉਹਨੂੰ ਚੈੱਕ ਕਰੋ। ਉਡਾਇਆ, ਉਡਾਉਣ ਤੋਂ ਬਾਅਦ ਅਸੀਂ ਉਹਨੂੰ ਜੋੜੇ ਪਾ ਲਿਆ, ਉਹਨੂੰ ਪੂਰਾ 1 ਸੀਜ਼ਨ ਉਡਾਇਆ, 2ਸੀਜ਼ਨ ਉਡਾਇਆ। ਮੇਰੇ ਉਸਤਾਦ ਰਹੀ ਸਨ, ਜਿਹਨਾਂ ਮੈਨੂੰ ਚੌਧਰੀ ਸਾਹਿਬ ਦਾ ਸ਼ਾਗਿਰਦ ਕਰਵਾਇਆ ਸੀ, ਚੌਧਰੀ ਸਹੀ ਸਾਹਿਬ ਦਾ ਸ਼ਾਗਿਰਦ। ਹਾਂਜੀ, ਉਹ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਉਲ ਫਰਦੌਸ ਜਗ੍ਹਾ ਤਾ ਫਰਮਾਵੇ। ਸਾਜਦ ਸਾਹਿਬ ਸਾਨੂੰ ਫੌਤ ਹੋ ਗਏ ਨੇ, ਉਹਨਾਂ ਨੇ ਕਿਹਾ ਯਾਰ ਇੱਕ ਕਬੂਤਰ ਏ ਤੇ ਇਹਦੇ ਤੋਂ ਹਜ਼ਾਰਾਂ ਕਬੂਤਰ ਬਣ ਜਾਣਗੇ, ਇਹ ਰੋਕ ਲੈ, ਇਹ ਰੋਕਣ ਵਾਲਾ ਕਬੂਤਰ ਏ ਬੱਚਾ। ਹਾਂਜੀ, ਉਹਨੂੰ ਅਸੀਂ ਉਹਦਾ ਨਾਂ ਰੱਖਦਾ ਸੁਨਹਿਰਾ, ਕਿਉਂਕਿ ਚਿੱਟਾ ਗੋਲਡਨ ਸੀ ਉਹ, ਅਸੀਂ ਉਹਦਾ ਨਾਂ ਰੱਖਦਾ ਸੁਨਹਿਰਾ। ਔਰ ਮਾਸ਼ਾਅੱਲਾ ਅੱਜ 30 ਸਾਲ ਅਰਸਾ, 30 ਸਾਲ ਦਾ ਅਰਸਾ ਗੁਜ਼ਰਨ ਤੋਂ ਬਾਅਦ ਵੀ ਅੱਜ ਉਹਦਾ ਨਾਂ ਹੈ ਉਸ ਕਬੂਤਰ ਦਾ, ਉਸੇ ਕਬੂਤਰ ਦਾ। ਉਹਦੀ ਬਰੀਡ ਹਾਲੇ ਤੱਕ ਮੇਰੇ ਸ਼ਾਗਿਰਦਾਂ ਕੋਲ, ਦੋਸਤਾਂ ਕੋਲ, ਮੇਰੇ ਕੋਲ ਮੌਜੂਦ ਹੈ, ਕਿਉਂਕਿ ਕਬੂਤਰ ਮੇਰੇ ਚੋਰੀ ਹੋ ਗਏ ਸਨ, ਉਹਨਾਂ ਦੇ ਵਿੱਚੋਂ ਕਬੂਤਰ ਸਾਰੇ ਚੋਰੀ ਹੋ ਗਏ, ਮਗਰ ਉਹ ਕੁਛ ਸ਼ਾਗਿਰਦਾਂ ਦੋਸਤਾਂ ਕੋਲ ਹੈ ਸਨ, ਉਹਨਾਂ ਕੋਲ ਦੁਬਾਰਾ ਲੈ ਕੇ ਉਹ ਫਿਰ ਅਸੀਂ ਬਣਾ ਲਿਆ। ਔਰ ਐਸਾ ਰਿਜ਼ਲਟ ਉਸ ਕਬੂਤਰ ਦਾ ਆਇਆ, ਉਸ ਕਬੂਤਰ ਦਾ, ਬਲਕਿ ਉਹ ਫਿਰ ਇਸ਼ਤਿਆਕ ਸਾਹਿਬ ਕੋਲੋਂ ਵੀ ਕਬੂਤਰ ਕੁਛ ਖਰੀਦੇ, ਅਸੀਂ ਉਸ ਦੌਰ ਦੇ ਵਿੱਚ ਬੱਚੇ ਖਰੀਦੇ, ਬਲਕਿ ਜਿਹੜਾ ਜੱਦੇ ਅਮਜਦ ਕਬੂਤਰ ਸੀ ਨਾ, ਜਿਹਦੇ ਤੋਂ ਇਹ ਮੋਛੇ ਵਾਲੇ ਕਬੂਤਰ ਬਣੇ, ਉਹ ਵੀ ਮੈਂ ਖਰੀਦ ਲਿਆ ਸੀ ਕਬੂਤਰ, ਜ਼ੁਲਫੀ, ਹਾਂ ਵੀ ਜ਼ੁਲਫੀ ਕੋਲੋਂ ਮੈਂ ਖਰੀਦ ਲਿਆ ਸੀ, ਉਹ ਮੇਰੇ ਘਰ ਮਰਿਆ ਕਬੂਤਰ। ਤੇ ਉਹਨਾਂ ਕਬੂਤਰਾਂ ਨੇ ਇੱਕ ਆਪਣਾ ਜਿਹੜਾ ਨਾ ਲੋਹਾ ਮਨਵਾਇਆ, ਗਰਮੀਆਂ ਦੇ ਵਿੱਚ ਕਬੂਤਰ ਕੀ ਉਹਨਾਂ ਦੇ ਬੱਚੇ ਜੇਠ ਦੀਆਂ ਬਾਜ਼ੀਆਂ ਤੇ, ਸਾਡੇ ਕੋਲ ਇੱਕ ਬੱਚਾ ਸੀ ਜਿਸ ਦਿਨ ਟੈਂਪਰੇਚਰ ਘੱਟ ਹੁੰਦਾ ਸੀ, ਉਹ ਬਾਜ਼ੀ 'ਚ ਵੀ ਰਾਤ ਰਹਿ ਜਾਂਦਾ ਸੀ, ਅਗਲੇ ਦਿਨ ਹੀ ਬਹਿੰਦਾ ਸੀ, ਤੇ ਕਦੀ ਸ਼ਾਇਦ ਕਿਸੇ ਪਰਚੇ ਦੇ ਵਿੱਚ 3 ਤੋਂ ਪਹਿਲੇ ਸ਼ਾਇਦ ਕਦੀ ਬੈਠਾ ਹੋਏਗਾ, ਮੋਛੇ ਵਾਲਾ ਸੀ। ਤੇ ਉਹ ਸਿਰਫ ਇਸ ਘਰ ਨੂੰ ਸ਼ਰਫ ਹਾਸਲ ਹੈ ਕਿ ਇਹਨਾਂ ਦੇ ਕਬੂਤਰ ਜਿਹੜੇ ਨੇ ਇਹਨਾਂ ਕੋਲੋਂ, ਬੇਸ਼ੱਕ ਬਾਅਦ ਦੇ ਵਿੱਚ ਮੈਂ ਉਹ ਡਾਕਟਰ ਇਸ਼ਤਿਆਕ ਸਾਹਿਬ ਕੋਲੋਂ ਕੀਮਤਰ ਖਰੀਦੇ, ਮਗਰ ਉਹਨੇ ਭੱਟੋ ਨੇ ਮੈਨੂੰ ਫ੍ਰੀ ਦਿੱਤੇ ਸਨ, ਗਿਫਟ ਦਿੱਤੇ, ਕਿਉਂਕਿ ਮੇਰਾ ਯਾਰ ਸੀ, ਮੇਰਾ ਭਰਾ ਸੀ। ਤੇ ਉਹਨਾਂ ਕਬੂਤਰਾਂ ਦੇ ਨਾਲ ਨਾਲ ਉਹਨਾਂ ਨੇ ਕਬੂਤਰਾਂ ਨੇ ਸਿਰਫ ਪਰਿਵਾਰ ਦੇ ਨਾਲ ਨਾਲ ਮੇਰਾ ਵੀ ਨਾਮ ਬਣਾਇਆ ਕਿ ਮੈਨੂੰ ਵੀ ਲੋਕ ਜਾਣਨ ਲੱਗ ਪਿਆ ਕਿ ਇਸ ਕੋਲ, ਇਹਦੇ ਕੋਲ ਅੱਛੇ ਕਬੂਤਰ ਨੇ। ਉਹਨਾਂ ਦੇ ਨਾਲ ਫਿਰ ਸਾਡੇ ਕੋਲ ਇੱਕ ਕਬੂਤਰ ਸੀ ਮੇਰੇ ਕੋਲ, ਆਪਣੇ ਕੋਲ ਸੀ, ਮੈਂ ਵਿੱਚ ਉਹ ਵੀ ਕੁਛ ਸ਼ਾਮਿਲ ਕੀਤੇ, ਕੁਛ ਗਾਹੇ ਗਾਹੇ ਇਹਨਾਂ ਕੋਲੋਂ ਫਿਰ ਦੁਬਾਰਾ ਕਬੂਤਰ ਲਿਆ। ਮਗਰ ਅਸਲ ਜਿਹੜੇ ਚੀਜ਼ ਹੈ ਨਾ, ਇਹਨਾਂ ਵਾਲੇ ਕਬੂਤਰਾਂ ਦਾ ਇੱਕ ਮਿਆਰ ਹੈ, ਜਿਹਨੂੰ ਪਰਖ ਹੈ, ਜਿਹਨੂੰ ਪਹਿਚਾਣ ਹੈ। ਜਦੋਂ ਤਾਦਾਦ ਦੇ ਵਿੱਚ ਕਬੂਤਰ ਹੁੰਦੇ ਨੇ, ਸਾਰੇ ਇੱਕੋ ਜੈਸੇ ਨਹੀਂ ਹੁੰਦੇ, ਉਹਦੇ 'ਚ ਪਹਿਚਾਣ ਦੇ ਨਾਲ, ਪਰਖ ਦੇ ਨਾਲ ਬੰਦੇ ਨੇ ਆਪ ਕਬੂਤਰ ਜਿਹੜਾ ਨਾ ਕੱਢਣਾ ਹੁੰਦਾ। ਔਰ ਬਹਰਹਾਲ ਇਹ ਹੈਗਾ ਕਿ ਇਹ ਕਬੂਤਰ ਜੇ ਮੀਆਂ ਨਜ਼ੀਰ ਸਾਹਿਬ ਦੇ ਕੋਲ ਅੱਛੇ ਸਨ ਨਾ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਉਲ ਫਰਦੌਸ ਜਗ੍ਹਾ ਤਾ ਫਰਮਾਵੇ, ਜਾਂ ਉਹਨਾਂ ਦੇ ਬੇਟੇ ਕੋਲ ਅੱਛੇ ਨੇ, ਜਾਂ ਉਹਨਾਂ ਦੇ ਸ਼ਾਗਿਰਦਾਂ ਕੋਲ ਅੱਛੇ ਨੇ, ਤੇ ਉਸ ਲੈਵਲ ਦੇ ਕਬੂਤਰ ਇਹ ਵੀ ਹੈ, ਇਹ ਵੀ ਅੱਲਾਹ ਦੇ ਕੋਲ ਉਸ ਲੈਵਲ ਦੇ ਨੇ। ਦੇਖੋ ਜੀ, ਇੱਥੇ ਇਸ, ਹਾਂਜੀ, ਇਸ ਇਲਾਕੇ ਦੇ ਵਿੱਚ, ਸਾਡਾ ਸ਼ਦਰ ਪਿੰਡ ਇਲਾਕੇ ਦੇ ਵਿੱਚ, ਉਸ ਪੂਰੇ ਇਲਾਕੇ ਦੇ ਵਿੱਚ ਇਹਨਾਂ ਕਬੂਤਰਾਂ ਨੇ ਇੱਕ ਆਪਣਾ ਪੂਰਾ ਲੋਹਾ ਮਨਵਾਇਆ, ਜਿੱਥੇ ਵੀ ਉੱਡੇ ਨੇ ਡਾਕਟਰ ਸਾਹਿਬ ਦੇ ਕਬੂਤਰ ਸ਼ਾਮ ਤੱਕ ਉੱਡੇ ਨੇ, ਜਾਂ ਭਾਈ ਭੋਲੇ ਦੇ ਕਬੂਤਰ ਨੇ, ਇਹ ਵੀ ਉਹੀ ਕਬੂਤਰ ਨੇ, ਇੱਕੋ ਹੀ, ਕਿਉਂਕਿ ਇੱਕ ਘਰ ਹੈ, ਇੱਕ ਘਰ ਹੈ, ਤੇ ਕਬੂਤਰ ਜਿੱਥੇ ਜਿੱਥੇ ਵੀ ਗਏ ਨੇ, ਇਹ ਕਬੂਤਰਾਂ ਨੇ, ਬਾਜ਼ੀ ਮੇਕਰ ਕਬੂਤਰ ਸਨ, ਇਹਨਾਂ ਨੇ ਆਪਣਾ ਲੋਹਾ ਮਨਵਾਇਆ। ਅੱਜ ਤੱਕ ਲੋਕਾਂ ਦੇ ਘਰ
लोग इस चीज नूं तस्लीम करन या ना करन, वड्डे वड्डे घरां दे जिन्हां दे कबूतर जोड़ियां च पै, हां जी, और बाजियां च नाम पैदा करन। नाले छातों नाले ते ओह वेखो, डाक्टर साहब ने, डाक्टर साहब ने सारे इस इलाके दीआं वड्डीआं वड्डीआं नामवर छतां, जिहदे च लाहौर दीआं सारीआं नामवर छतां आउंदीआं ने, कोई ऐसी नहीं कुबार। ਉਹਨਾਂ ਸਾਰੀਆਂ ਛੱਤਾਂ ਨੂੰ ਜਿਸ ਵੇਲੇ ਡਾਕਟਰ ਸਾਹਿਬ ਜਿੱਤੇ ਨੇ, ਉਹ ਇਹਨਾਂ ਲਾਲ ਅੱਖਾਂ ਵਾਲੇ ਕਬੂਤਰਾਂ ਨੇ ਜਿੱਤਿਆ ਸੀ। ਹਾਂਜੀ, ਚੌਕਾ ਮਾਰਿਆ, ਚੌਕਾ ਮਾਰਿਆ, ਇੱਕ ਛੱਤ ਸਿਰਫ, ਇੱਕ ਛੱਤ ਸਿਰਫ ਇੱਥੇ ਹੈਗੀ ਸੀ ਪੱਟੀ ਸਾਹਿਬ ਦੀ, ਇੱਥੇ ਛੱਤ 6 ਉੱਡੀਆਂ, ਇਹ ਪੱਟੀ ਸਾਹਿਬ ਸੀ, ਇੱਥੇ ਕੋਈ ਇਹਨਾਂ ਦੇ ਕੋਲ, ਉਹਨਾਂ ਦੇ ਨਾਲ ਇਹਨਾਂ ਦੀ 6ਵੀਂ ਬਾਜ਼ੀ ਉੱਡੀ, ਵਰਨਾ ਇਹਨਾਂ ਸਾਰੀਆਂ ਛੱਤਾਂ ਨੂੰ ਚੌਕੇ ਤੇ ਪੱਟੀ ਨੇ ਸਾਰਿਆਂ ਚੌਕਾ ਮਾਰਿਆ ਵੀ ਗੱਲ ਨਾਲ ਜੇ ਬੜਾ ਲਾਜਵਾਬ, ਪੱਟੀ ਨੇ ਸਾਰਿਆਂ ਚੌਕਾ ਮਾਰਿਆ ਤੇ ਅਸੀਂ ਪੱਟੀ ਨੂੰ 6ਵੀਂ ਫਰਕ ਕੀਤਾ, ਪਹਿਲੀ ਦੋ ਬਾਜ਼ੀਆਂ ਪੱਟੀ ਨੇ ਸਾਡੇ ਕੋਲ ਜਿੱਤੀਆਂ ਨੇ। ਹਾਂਜੀ, ਥੱਲੋਂ ਨਿਕਲ ਕੇ ਤੁਸੀਂ ਅੱਗੇ ਚੱਲੋ। ਹਾਂਜੀ, ਜਿੱਦਣ ਪਹਿਲੇ ਦਿਨ ਜਿਹੜਾ ਹੈ ਨਾ, ਮੈਂ ਤੇ ਮੇਰਾ ਭਰਾ ਭੱਟੋ ਅਸੀਂ ਮੁਨਸਾ ਗਏ ਹਾਂ, ਤੇ ਮੈਂ ਪੱਟੀ ਨੂੰ ਜਾ ਕੇ ਆਖਿਆ, ਮੈਂ ਕਿਹਾ ਪੱਟੀ ਸਾਹਿਬ ਕਿੰਨੇ ਦੀ ਬਾਜ਼ੀ ਲੱਗੀ ਹੈ? ਉਹਨੇ ਕਿਹਾ ਜੀ ਭਾਈ ਤੁਹਾਡੀ ਤੁਹਾਡੀ ਸਾਡੀ ਬਾਜ਼ੀ ਲੱਗੀ 10,000 ਬਾਜ਼ੀ, 10,000 ਐਵਰੇਜ ਤੇ 2,000 ਰੁਪਇਆ ਪਰ। ਮੈਂ ਭੱਟੀ ਸਾਹਿਬ ਜੇ ਬੁਰਾ ਨਾ ਮਨਾਓ ਤੇ ਮੈਂ ਗੱਲ ਕਰਾਂ। ਉਹਨੇ ਕਿਹਾ ਕਰੋ ਜੀ। ਮੈਂ 25,000 ਦੀ ਬਾਜ਼ੀ ਹੋ ਗਈ, 25,000 ਐਵਰੇਜ ਹੋ ਗਈ ਤੇ 5,000 ਰੁਪਇਆ ਪਾਰ ਹੋ ਗਿਆ। ਭੱਟੀ ਨੂੰ ਮੇਰੇ ਮੂੰਹ ਵਾਲੇ ਵੇਖਣ ਦਿਆ ਤੇ ਭੱਟੀ ਦਾ ਪੁੱਤਰ ਵੀ ਕੋਲ ਹੈ। ਉਹ ਕਹਿੰਦਾ ਅੱਬਾ ਸਾਡੇ ਘਰ ਆਣ ਕੇ ਬੰਦਾ ਆਉਂਦਾ ਪਿਆ ਤੇ ਤੁਸੀਂ ਗੱਲ ਬਰਦਾਸ਼ਤ ਕਰਨ ਦੇ ਜੀ? ਉਹ ਆਂਦਾ ਨਹੀਂ ਪੁੱਤ, ਤੂੰ ਨੀ ਇਹਨਾਂ ਜਾਣਦਾ, ਮੈਂ ਤੇ ਇਹਨਾਂ ਜਾਣਨਾ। ਅੱਛਾ, ਜਿੰਨੀ ਬਾਜ਼ੀ ਲੱਗੀ ਉਹ ਹੀ ਹੈ, ਮੈਂ ਨੀ ਵਧਾਣੀ ਬਹੁਤ। ਤੇ ਪਹਿਲੀ ਬਾਜ਼ੀ ਅਸੀਂ ਹਾਰ ਗਏ ਹਾਂ, ਭੱਟੀ ਦੇ 6:45 ਬੈਠੇ ਸਨ ਤੇ ਸਾਡੀ ਐਵੇਂ ਕੋਈ 10-15 ਮਿੰਟਾਂ ਤੋਂ ਬਾਜ਼ੀ ਹਾਰ ਗਈ। ਮੈਂ ਆਣ ਕੇ ਭਾਈ ਨੂੰ ਆਖਿਆ, ਮੈਂ ਆਖਿਆ ਜੀ ਸਾਰਿਆਂ ਤੋਂ ਹਾਰ ਜਾਏ, ਭੱਟੀ ਥੱਲੇ ਬਾਜ਼ੀ ਨੀ ਹਾਰਨੀ ਚਾਹੀਦੀ, ਕਿਉਂ ਭੱਟੀ ਨਾਲ ਮੇਰੀ ਬਹਿਸ ਵੀ ਹੋਈ ਹੈ। ਤੇ ਦੂਜੀ ਬਾਜ਼ੀ ਜਿਹੜੀ ਹੈ ਨਾ, ਕੋਈ 15 ਮਿੰਟਾਂ ਤੋਂ ਮਸਲ ਕੇ 15 ਮਿੰਟ ਭੱਟੀ ਦੇ ਆਪਣਾ ਬਾਹਰ ਬੈਠੇ, ਸਾਡੇ ਫਿਰ ਕੋਈ 12-14 ਮਿੰਟ ਲੇਟ ਪਹਿਲੋਂ ਬਹਿ ਗਏ, ਅਸੀਂ ਫਿਰ ਹਾਰ ਗਏ ਬਾਜ਼ੀ ਦੂਸਰੀ ਵੀ। ਮੈਂ ਕਿਹਾ, ਮੈਂ ਭਾਜੀ ਨਾਲ ਫਿਰ ਆਣ ਕੇ ਆਖਿਆ, ਉੱਥੋਂ ਜਦੋਂ ਮੁਨਸਾ ਮੈਂ ਹੀ ਜਾਂਦਾ, ਮੈਂ ਕਿਹਾ ਭਾਜੀ ਇਹ ਕੀ ਹੋ ਰਿਹਾ? ਆਂਦਾ ਯਾਰ ਸਾਰਿਆਂ ਕੋਲ ਤੇ ਬਾਜ਼ੀ ਜਿੱਤਨੇ ਪਏ ਆ, ਭੱਟੀ ਕੋਈ ਜਿੱਤ ਲਾਂਗੇ। ਮੈਂ ਜਿੱਤ ਕਿਵੇਂ ਲਵਾਂਗੇ, 2 ਤੇ ਹੀ ਹਾਰ ਗਏ ਆ ਤੇ ਮਗਰ ਬਾਜ਼ੀਆਂ ਰਹੀਆਂ 5, ਤੇ ਜਿਹਨੇ 4 ਜਿੱਤਣਾ ਉਹਨੇ ਜਿੱਤਣਾ। ਉਹ ਆਂਦੇ ਨੇ ਜੀ ਭਾਈ ਤੂੰ ਟੈਨਸ਼ਨ ਨਾ ਲਓ, ਭੱਟੀ ਕੋ ਬਾਜ਼ੀਆਂ ਹੀ ਜਿੱਤ ਲਵਾਂਗੇ। ਮੈਂ ਜਿੱਤ ਕਿਵੇਂ ਲਵਾਂਗੇ, ਬਾਜ਼ੀਆਂ ਮਗਰ ਟੋਟਲ 5 ਨੇ ਤੇ ਭੱਟੀ ਦੇ ਕਬੂਤਰ ਵੀ ਬੜੇ ਚੰਗੇ ਨੇ, ਤੇ ਆਂਦਾ ਤੂੰ ਬੇਫਿਕਰ ਹੋ ਜਾ। ਫਿਰ ਅੱਲਾ ਦਾ ਸ਼ੁਕਰ ਏ, ਸਾਡੇ ਕੋਲ 15-20 ਮਿੰਟ ਉੱਤੇ ਜਾਂਦੇ ਰਹੇ, ਉਹਨਾਂ 15 ਮਿੰਟ ਥੱਲੇ ਆ ਗਏ ਤੇ ਸਾਡੇ 4 ਫਿਰ ਸਿੱਧੀਆਂ ਉਹਨੂੰ ਮਾਰੀਆਂ ਨੇ। 6ਵੀਂ ਬਾਜ਼ੀ ਵਿੱਚ ਭੱਟੀ ਨੂੰ ਵੀ ਫਰਕ ਕਰਤਾ, ਤੇ ਭੱਟੀ ਦੀ ਸਿਰਫ ਉੱਡੀਆਂ ਸਾਡੇ ਨੇ 6 ਨੇ, ਬਾਕੀ ਸਾਰਿਆਂ ਨੂੰ ਭੱਟੀ ਨੇ ਚੌਕਾ ਹੀ ਮਾਰਿਆ ਤੇ ਅਸੀਂ ਵੀ ਸਾਰਿਆਂ ਨੂੰ ਚੌਕਾ ਹੀ ਮਾਰਿਆ, ਸਿਰਫ ਭੱਟੀ ਨੇ ਸਾਡੀਆਂ 6 ਉੱਡੀਆਂ ਬਾਜ਼ੀਆਂ। ਕਿਉਂਕਿ ਕਬੂਤਰ ਸਾਡੇ ਮਾਸ਼ਾਅੱਲਾ 7 ਵਜੇ 7:30 ਬਹਿੰਦੇ ਰਹੇ ਨੇ ਟਾਵਰ ਵਾਲੀ ਛੱਤ ਹੋਈ, ਨਹੀਂ ਨਾਲੇ ਤੋਂ ਸਾਡੀ ਛੱਤ ਨਾਲੇ ਵਾਲੀ। ਹਾਂਜੀ, ਅੱਛਾ। ਤੇ 6ਵੀਂ ਬਾਜ਼ੀ ਸਾਡਾ ਜਿਹੜਾ ਨਾ 3 ਕਬੂਤਰ ਬਹਿੰਦੇ ਪਏ ਸਨ, ਇੱਕ ਬਹਿ ਗਿਆ, ਉਹ ਦੱਸੋ ਜ਼ਰਾ, ਉਹ ਇੱਕ ਬਹਿ ਗਿਆ 7:37 ਮਿੰਟਾਂ ਤੇ। ਅੱਛਾ, ਤੇ 2 ਉਹ ਵੀ ਨਾਲ ਹੀ ਸਨ, ਕਦੀ ਥੱਲੇ ਹੋ ਜਾਂਦੇ ਕਦੀ ਉੱਤੇ ਹੋ ਜਾਂਦੇ ਹਨ, 7:45 ਕਦੇ ਥੱਲੇ ਰਹੇ ਨੇ ਸਾਹਮਣੇ, ਮੁੜ ਕੇ ਉੱਚੇ ਹੋ ਗਏ ਨੇ। ਅੱਛਾ, ਫਿਰ ਨਾਲ ਹੀ ਸਾਡੇ ਪਰਲੇ ਪਾਸ ਝੁੱਗੀਆਂ ਪਿੰਡ ਉੱਥੇ ਡਿੱਗ ਪਏ ਦੋਵੇਂ ਤੇ ਫੜੇ ਗਏ, ਨਹੀਂ ਬੈਠ ਸਕੇ ਰਾਤ ਨੂੰ, ਰਾਤ ਹਨੇਰਾ ਹੋ ਗਿਆ, ਮਸਲੇ ਹਨੇਰਾ ਹੋ ਗਿਆ ਤੇ ਅਸੀਂ ਵੀ ਜਿੱਤਵਾਰੀ ਸੋ ਸਾਰਿਆਂ ਨੂੰ, ਨਹੀਂ ਨਹੀਂ ਉਹ ਸਾਡਾ 7ਵਾਂ ਆ 5ਵਾਂ ਬਹਿ ਗਿਆ ਨਾ ਜਿੱਤ ਕੇ, 2 ਤੇ ਨਹੀਂ ਬੈਠੇ, 2 ਨਹੀਂ ਬੈਠੇ, ਮਗਰ ਅਸੀਂ ਬਾਜ਼ੀਆਂ ਜਿੱਤ ਲਈਆਂ। ਉਹ ਵੀ ਸਾਹਮਣੇ ਸਨ, ਉਹ ਵੀ ਸਾਹਮਣੇ, ਉਹ ਵੀ ਸਾਹਮਣੇ ਨੇ, ਇਹ ਦਿਨ ਉੱਚੇ ਸਨ, ਤਿੰਨੇ ਇਕੱਠੇ ਹੀ ਸਨ, ਠੀਕ, ਥੱਲੇ ਉੱਤੇ ਹੁੰਦੇ ਪਏ ਸਨ ਤੇ ਥੱਲੇ ਉੱਤੇ ਹੁੰਦੇ ਆ ਫਿਰ ਉੱਚੇ ਹੋ ਗਏ ਨੇ ਤੇ ਫਿਰ ਦੁਬਾਰਾ। ਅੱਛਾ, ਜਿਹੜੀ ਚੀਜ਼ ਹੈ ਨਾ ਉਹ ਇਹ ਵੇਖ ਕੇ ਦੇਖੋ, ਇੱਕ ਕਬੂਤਰ 30 ਸਾਲ ਪਹਿਲੇ ਵੀ ਉਹੀ ਮਿਆਰ ਸੀ, ਅੱਜ 30 ਸਾਲ ਗੁਜ਼ਰਨ ਤੋਂ ਬਾਅਦ ਵੀ ਉਹੀ ਮਿਆਰ ਹੈ। 30 ਸਾਲ ਪਹਿਲੇ ਇੱਥੇ ਟਾਵਰ ਵਾਲੀ ਛੱਤ ਜਿੱਥੇ ਅਸੀਂ ਬੈਠੇ ਅੱਜ ਇੱਥੇ ਹੀ ਬੈਠੇ, ਇੱਥੇ ਥੱਲੇ ਉੱਡਦੇ ਸਨ ਕਬੂਤਰ, ਉਦੋਂ ਵੀ ਇਹ ਸ਼ਾਮ ਤੱਕ ਉੱਡਦੇ ਸਨ, ਹੁਣ ਵੀ ਸ਼ਾਮ ਤੱਕ ਉੱਡ ਰਹੇ ਨੇ ਕਬੂਤਰ। ਲੋਕ ਕਹਿੰਦੇ ਨੇ ਜੀ ਕਬੂਤਰ ਖਰਾਬ ਹੋ ਗਏ, ਜੇ ਅਗਰ ਖਰਾਬ ਹੋ ਗਏ ਨਾ ਤੇ ਹੁਣ ਸ਼ਾਮ ਕਿਉਂ ਬਹਿ ਰਹੇ ਨੇ? ਹੁਣ ਕਿਉਂ ਬਹਿੰਦੇ ਨੇ ਸ਼ਾਮ? ਦੇਖੋ ਨਾ, ਪਹਿਲੇ ਉਸ ਵੇਲੇ ਤੇ ਬਹਿੰਦੇ ਸਨ, ਹੁਣ ਕਿਉਂ ਸ਼ਾਮ ਬਹਿ ਰਹੇ ਨੇ ਜੇ ਅਗਰ ਖਰਾਬ ਚ ਹੋ ਗਏ? ਜਾਂ ਕੁਝ ਲੋਕ ਕਹਿੰਦੇ ਜੀ ਕਬੂਤਰ ਅੱਛੇ ਵਿਕ ਗਏ, ਜੇ ਵਿਕ ਗਏ ਨੇ ਤੇ ਹੁਣ ਕਿਉਂ ਸ਼ਾਮ ਬਹਿ ਰਹੇ ਨੇ? ਹਾਂਜੀ, ਹੁਣ ਦੇਖੋ ਅੱਜ ਉਹਨਾਂ ਨੂੰ ਜ਼ਿਆਦਾ ਅੱਛਾ ਰਿਜ਼ਲਟ ਹੈ ਉਸ ਤੋਂ ਜ਼ਿਆਦਾ, ਕਿਉਂਕਿ ਕਬੂਤਰ ਉਦੋਂ ਸਨ 1 ਜਾਂ 2 ਜੋੜੇ ਸਨ, ਹੁਣ ਤਦਾਦ ਜੋੜੇ ਨੇ ਹੁਣ ਉਸ ਸਾਲ ਤੋਂ ਜ਼ਿਆਦਾ ਅੱਛਾ, ਤਕਰੀਬਨ 25-30 ਜੋੜੇ ਦੇ, ਮੈਂ 25-30 ਤੋਂ ਲਾਲ ਰੱਖਣ ਜ਼ਿਆਦਾ ਹੀ ਹੋਣੇ ਨੇ, ਹੋ ਸਕਦਾ ਕਿ 30 ਜੋੜੇ ਹੀ ਹੋਣ, 30-35 ਜੋੜੇ ਨੇ, ਥੋੜੇ ਤਾਂ ਨਹੀਂ ਹੈਗੇ ਸਾਡੇ ਕੋਲ ਨਾ, ਉਧਰ ਜਿਹੜੇ ਪਏ ਨੇ ਉਹਨਾਂ ਕੋਲ 100 ਜੋੜਾ ਹੈ, ਉਹ ਵੀ ਕਿਹੜੇ ਕੋ ਭਾਈ ਨੂੰ, ਹਾਂ ਲਾਲ ਕੰਦੇ 1000 ਦੇ ਲੱਗ ਲੱਗ, ਨਹੀਂ ਲਾਲ ਕੰਦ ਜਿਹੜੇ, ਲਾਲ ਕੰਦ ਚਲੋ ਉਹਦੇ ਲਾਲ ਖਾਨ ਲਾ ਲਓ ਤੇ ਟੈਡੀ ਲਾ ਲਓ, 1000 ਦੇ ਲੱਗ ਲੱਗ ਕੇ ਭਾਈ ਨੂੰ ਜੋੜਾ ਹੈ, ਮਾਸ਼ਾਅੱਲਾ। ਤੇ ਮੈਂ ਤੇ ਆਪਣੀ ਮਰਜ਼ੀ ਦੇ ਲਿਆਂਦੇ ਨੇ ਉਧਰੋਂ, ਜਿਹੜਾ ਮੇਰਾ ਦਿਲ ਕਿਤਾ ਮੈਨੂੰ ਤੇ ਡੱਕਦਾ ਹੀ ਨਹੀਂ, ਮੇਰਾ ਤੇ ਭਰਾ ਹੈ ਉਹ, ਤੇ ਮੈਨੂੰ ਤੇ ਕਿਸੇ ਕੰਮ ਦੀ ਨਾ ਹੀ ਨਹੀਂ ਉਧਰ ਹੈਗੀ, ਕਿਉਂਕਿ ਉਹ ਘਰ ਹੀ ਮੇਰਾ ਆਪਣਾ ਤੇ ਭਰਾ ਮੇਰੇ ਦਾ ਘਰ ਹੈ, ਮੈਨੂੰ ਉੱਥੇ ਕਿਹੜੇ ਡੱਕਦੇ ਨੇ, ਸਹੀ ਗੱਲ, ਤੇ ਮੈਨੂੰ ਕਦੀ ਡੱਕਿਆ ਹੀ ਨਹੀਂ, ਮੈਂ ਜਿਹੜੇ ਬੜਾ ਮੈਨੂੰ ਨਾ ਹੀ ਨਹੀਂ ਹੈਗੀ।
ਆਪਣੀ ਮਰਜ਼ੀ ਦਾ ਲਿਆਂਦੇ ਨੇ ਜਿਹੜੇ ਮੈਨੂੰ ਅੱਛੇ ਲੱਗੇ ਨੇ ਔਰ ਜਿਨ੍ਹਾਂ ਦਾ ਨੰਬਰਾਂ ਦਾ ਮੈਨੂੰ ਪਤਾ ਹੈ ਵੀ ਇਹ ਨੰਬਰ ਦੇ ਕਬੂਤਰ ਅੱਛੇ ਨੇ ਉਹ ਹੀ ਲਿਆਂਦੇ ਨੇ 51 ਨੰਬਰ ਲਿਆਂਦੇ ਨੇ 85 ਨੰਬਰ ਲਿਆਂਦੇ ਨੇ ਉਸ ਤੋਂ ਬਾਅਦ 53 ਨੰਬਰ ਲਿਆਂਦੇ ਨੇ ਮੋਛੇ ਵਾਲੇ ਲਿਆਂਦੇ ਨੇ 32 ਨੰਬਰ ਲਿਆਂਦੇ ਨੇ ਫਿਰ ਟੈਡੀ ਲਿਆਂਦੇ ਨੇ 5 ਨੰਬਰ ਜਿਹੜੇ ਵੀ ਮੈਂ ਲਿਆਂਦੇ ਨੇ ਮੈਂ ਆਪਣੇ ਹਿਸਾਬ ਨਾਲ ਅੱਛੇ ਹੀ ਲਿਆਂਦੇ ਨੇ ਵੇਖੋ ਜੀ ਗੱਲ ਇਵੇਂ ਕਿ ਕਬੂਤਰਬਾਜ਼ੀ ਦੇ ਵਿੱਚ ਦੋਸਤ ਜਿਹੜੇ ਨਾ ਜ਼ਿਆਦਾਤਰ ਕਰਦੇ ਨੇ ਆਪਣਾ ਕੱਦ ਵਧਾਉਣ ਵਾਸਤੇ ਨਾ ਅੱਡੀਆਂ ਚੁੱਕ ਚੁੱਕ ਕੇ ਜ਼ੋਰ ਲਾਉਣਗੇ ਮਗਰ ਜਿਹੜੀ ਹਕੀਕਤ ਹੈ ਸੱਚ ਨੂੰ ਆਂਚ ਨਹੀਂ ਹੁੰਦੀ ਇਸ ਸਾਡੇ ਇਲਾਕੇ ਦੇ ਵਿੱਚ ਇਹ ਕਬੂਤਰਾਂ ਨੂੰ ਇੰਟਰੋਡਿਊਸ ਕਰਵਾਉਣ ਵਾਲਾ ਉਸਤਾਦ ਨੀਬ ਸਾਹਿਬ ਨੇ ਜਿਹਨਾਂ ਦਾ ਹਾਂਜੀ ਇਹਨਾਂ ਦਾ ਮਾਸ਼ਾਅੱਲਾ ਨਾ ਇਹਨਾਂ ਦਾ ਇਸ ਕੰਮ ਦੇ ਵਿੱਚ ਬੜਾ ਕਿਰਦਾਰ ਹੈ ਖਾਸ ਤੌਰ 'ਤੇ ਟੈੜੀ ਕਬੂਤਰਾਂ ਦੇ ਵਿੱਚ ਜਿਹੜੇ ਸਾਡੇ ਇਲਾਕੇ ਦੇ ਵਿੱਚ ਟੈੜੀ ਕਬੂਤਰ ਨੇ ਨਾ ਉਹ ਸਮਝ ਲਓ ਕਿ ਇਹਨਾਂ ਨੂੰ ਅਗਰ ਕਿਹਾ ਜਾਵੇ ਕਿ ਇਸ ਇਲਾਕੇ ਦੇ ਵਿੱਚ ਇਹਨਾਂ ਦੇ ਮੁਅੱਜਦ ਨੇ ਅਤੇ ਉਹ ਇਹ ਨੇ ਇਹ ਕਬੂਤਰ ਜਿੰਨੇ ਵੀ ਬਣਾਏ ਨੇ ਜੇ ਕੋਈ ਅਗਰ ਬੰਦਾ ਇਹਨਾਂ ਦਾ ਨਾਂ ਨਹੀਂ ਨਾ ਲੈਂਦਾ ਕਿ ਇਹਨਾਂ ਤੋਂ ਬਗੈਰ ਮੈਂ ਬਣਾਏ ਨੇ ਜਾਂ ਆਪਣੇ ਆਪ ਇੱਕ ਤੋਂ ਮੈਂ ਫੜ ਕੇ ਬਣਾਏ ਨੇ ਜਾਂ ਖਰੀਦ ਕੇ ਬਣਾਏ ਨੇ ਅਤੇ ਉਹ ਗਲਤ ਇਹ ਕਬੂਤਰ ਸਾਰੇ ਔਰ ਸਾਰੇ ਇਸ ਬੰਦੇ ਕੋਲ ਆਏ ਨੇ ਹਾਂਜੀ ਕਿਉਂਕਿ ਮੇਰਾ ਇਸ ਪਿੰਡ ਦੇ ਵਿੱਚ ਜਾਂ ਇਹਨਾਂ ਦੋਸਤਾਂ ਦੇ ਵਿੱਚ ਆਉਣ ਜਾਣ ਜਿਹੜਾ ਨਾ ਉਦੋਂ ਦਾ ਜਦੋਂ ਇਹ ਕਬੂਤਰਬਾਜ਼ੀ 'ਚ ਅਸੀਂ ਕਦਮ ਰੱਖਿਆ ਸੀ ਸਾਰਿਆਂ ਨੇ ਜਵਾਨੀ ਦੇ ਵਕਤ ਦੇ ਵਿੱਚ ਬਲਕਿ ਸਮਝ ਲਓ ਕਿ ਲੜਕਪਣ ਦੇ ਵਿੱਚ ਅਤੇ ਉਦੋਂ ਇਸ ਸ਼ਖਸ ਕੋਲੋਂ ਕਬੂਤਰ ਆਏ ਸਨ ਕੁਛ ਬੱਚੇ ਆਏ ਸਨ ਕੁਛ ਵੱਡੇ ਕਬੂਤਰ ਆਏ ਸਨ ਕੁਛ ਬਾਹਰ ਜਿਹੜੇ ਬਿੱਲੇ ਦੇ ਕੋਲੋਂ ਕਬੂਤਰ ਗਏ ਸਨ ਉਸਤਾਦ ਜ਼ੁਲਫੀ ਦੇ ਭਾਈ ਕੋਲੋਂ ਉਹ ਸਾਰੇ ਕਬੂਤਰ ਇਸ ਬੰਦੇ ਕੋਲੋਂ ਆਏ ਸਨ ਔਰ ਉਹ ਬਾਹਰ ਗਏ ਨੇ ਬਾਹਰ ਉਹਨਾਂ ਨੇ ਜਾ ਕੇ ਬਾਜ਼ੀਆਂ ਉਡਾਈਆਂ ਜਿਸ ਵੇਲੇ ਉੱਥੋਂ ਉਹਨਾਂ ਦਾ ਸੈਟਅਪ ਜਿਹੜਾ ਉਹਨਾਂ ਨੇ ਆਪਣਾ ਵਾਇੰਡ ਅਪ ਕੀਤਾ ਅਤੇ ਇੱਥੇ ਵਾਪਸ ਆ ਗਏ ਨੇ ਪਾਕਿਸਤਾਨ ਔਰ ਪਾਕਿਸਤਾਨ ਆ ਕੇ ਕਿਉਂਕਿ ਮੈਂ ਹਰ ਚੀਜ਼ ਦਾ ਜਿਹੜਾ ਚਸ਼ਮਦੀਦ ਗਵਾਹ ਵਾਂ ਕਿ ਇਸ ਸ਼ਖਸ ਦੇ ਕੋਲੋਂ ਕਬੂਤਰ ਉਹ ਗਏ ਸਨ ਔਰ ਉਹਨਾਂ ਨੇ ਆਪਣਾ ਲੋਹਿਆ ਬਣਵਾਇਆ ਜਿਸ ਤਰ੍ਹਾਂ ਇਹਨਾਂ ਦੇ ਲਾਲ ਅੱਖਾਂ ਵਾਲੇ ਕਬੂਤਰਾਂ ਨੇ ਲੋਹਿਆ ਬਣਵਾਇਆ ਇਸੇ ਤਰ੍ਹਾਂ ਉਹ ਟੈੜੀ ਕਬੂਤਰਾਂ ਨੇ ਵੀ ਔਰ ਉਹਨਾਂ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਮਹਾਰਤ ਉਹ ਦੋ ਬੰਦਿਆਂ ਦੀ ਸੀ ਜਿਹਦੇ 'ਚ ਡਾਕਟਰ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੂੰ ਮਜ਼ੀਦ ਬਿਹਤਰ ਬਣਾਉਂਦੇ ਗਏ ਉਸਤਾਦ ਜ਼ੁਲਫੀ ਦੀ ਸੀ ਉਹਦੇ 'ਚ ਮਹਾਰਤ ਕਿਉਂਕਿ ਅਕਲਮੰਦ ਬੰਦਾ ਹੀ ਜਿਹੜਾ ਨਾ ਉਹ ਅੱਗੇ ਲੈ ਕੇ ਚੱਲਦਾ ਕਬੂਤਰ ਨੂੰ ਬਾਕੀ ਜਿਹੜੇ ਨਾ ਉਹ ਜ਼ਾਇਆ ਜ਼ੋਇਆ ਕਰ ਲੈਂਦੇ ਖਤਮ ਹੋ ਜਾਂਦੀ ਕਬੂਤਰਬਾਜ਼ੀ ਜਾਗ ਇਹਨਾਂ ਕੋਲੋਂ ਲੱਗੀ ਸੀ ਅੱਗੋਂ ਉਹਨਾਂ ਨੇ ਮਾਸ਼ਾਅੱਲਾ ਉਹਨਾਂ ਦੇ ਕੋਲੋਂ ਪੂਰਾ ਕੰਮ ਲਿਆ ਕਬੂਤਰਾਂ ਕੋਲੋਂ ਔਰ ਇਸ ਬੰਦੇ ਦਾ ਜਿਹੜਾ ਬੜਾ ਕਿਰਦਾਰ ਹੈ ਮਾਸ਼ਾਅੱਲਾ ਜੀ ਇਹਨਾਂ ਦੇ ਆਨੇ ਹਾਂਜੀ ਅੱਛਾ ਸਤਾ ਜੀ ਪਹਿਲੇ ਤਾਂ ਤੁਸੀਂ ਲਾਈ ਰੱਖੋ ਲਾਈ ਰੱਖੋ ਅੱਛਾ ਜੀ ਇੱਕ ਮਿੰਟ ਹੋਰ ਰੱਖ ਮੈਂ ਲਾ ਹੀ ਲਵਾਂ ਜੀ ਅੱਛਾ ਸਤਾ ਜੀ ਤੁਸੀਂ ਇਹ ਦੱਸੋ ਤੁਸੀਂ ਵੀ ਮੇਰੇ ਹਾਲ ਚ ਸਹੀ ਦੇ ਸ਼ਿਗਰਦ ਹੋ ਨਹੀਂ ਤੁਸੀਂ ਕਿਹੜਾ ਮੈਂ ਮਹਿਰ ਪਾਰਟੀ ਦਾ ਮਹਿਰ ਅਸਗਰ ਦੇ ਮਹਿਰ ਸਾਹਿਬ ਜਿਹੜੇ ਮੇਰੇ ਦਾਦਾ ਸਾਹਿਬ ਅੱਛਾ ਮਹਿਰ ਅਸਗਰ ਸਾਹਿਬ ਜਿਹੜੇ ਨੇ ਮੇਰੇ ਦਾਦਾ ਉਸਤਾਦ ਤੁਹਾਡੇ ਉਸਤਾਦ ਜੀ ਦਾ ਕੀ ਨਾਮ ਮੇਰੇ ਉਸਤਾਦ ਦਾ ਨਾਮ ਉਸਤਾਦ ਭੋਲਾ ਡੇਰੇ ਵਾਲਾ ਭੋਲਾ ਡੇਰੇ ਵਾਲਾ ਹੈਗਾ ਲੈ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਠੀਕ ਹੋਗਾ ਤੁਸੀਂ ਮੈਂ ਵੇਖਿਆ ਤਾਰੀਫ ਜ਼ਿਆਦਾ ਟੈਡੀ ਕਬੂਤਰਾਂ ਦੀ ਕਰਦੇ ਹੋ ਜੀ ਜੀ ਚੋਰੀ ਸਖੀ ਵਾਲੇ ਹੈ ਜੀ ਉਹਨਾਂ ਦੀ ਹਾਲਾਂਕਿ ਤੁਸੀਂ ਮਹਿਰ ਪਾਰਟੀ ਹੋ ਤੁਸੀਂ ਉਹਨਾਂ 'ਚ ਕੀ ਐਸੀ ਚੀਜ਼ ਵੇਖੀ ਜਾਂ ਚੋਰੀ ਸਹੀ ਨਾਲ ਤੁਹਾਡੇ ਕੀ ਕਲੋਜ਼ਿਵ ਜਾਂ ਕਿਹਨੇ ਉਹਦੇ ਨਾਲ ਰਹੇ ਹੋ ਜਾਂ ਕੀ ਚੱਕਰ ਜਾਂ ਕੀ ਸੂਰਤ ਹਾਲ ਸਾਰੀ ਜੀ ਇਹ ਮਹਿਰ ਲੱਭਾ ਜੀ ਮਹਿਰ ਲੱਭਾ ਸਟੋਰ ਵਾਲਾ ਜੀ ਮਾਸ਼ਾਅੱਲਾ ਇਹ ਮੇਰਾ ਬਚਪਨ ਦਾ ਦੋਸਤ ਹੈ ਕਿ ਜਦੋਂ ਅਸੀਂ ਦੂਸਰੀ ਤੀਸਰੀ 'ਚ ਮਤਲਬ ਹੈਗੇ ਹਾਂ ਪੜ੍ਹਦੇ ਨਹੀਂ ਸਕੇ ਲੇਕਿਨ ਅਸੀਂ ਨਾ ਦੋਵੇਂ ਉਦੋਂ ਦੇ ਅਸੀਂ ਇਕੱਠੇ ਹਾਂ ਇਹ ਇਹਦਾ ਤਲਕ ਸੀ ਚੌਧਰੀ ਨਾਲ ਚੌਰੀ ਸਖੀ ਭੱਟੀ ਸਾਹਿਬ ਨਾਲ ਇਹ ਮੈਨੂੰ ਚੌਰੀ ਸਖੀ ਭੱਟੀ ਕੋਲ ਇਹ ਲੈ ਕੇ ਗਿਆ ਠੀਕ ਹੋ ਗਿਆ ਮੇਰਾ ਮੈਂ ਉੱਥੇ ਜਾਣ ਲੱਗ ਪਿਆ ਮੈਂ ਆਪਣੇ ਘਰ 28 ਤੋਂ 30 ਸਾਲ ਪਿਆਰੇ ਡਾਏ ਠੀਕ ਹੋ ਗਿਆ ਵਿੱਚ ਬਾਜ਼ੀਆਂ ਵੀ ਡੱਕ ਡਰਦੀਆਂ ਡਾਈਆਂ ਲੇਕਿਨ ਬਾਜ਼ੀਆਂ ਐਵੇਂ ਚੰਨ ਦੋ ਤਿੰਨ ਵਾਰੀ ਅੱਛਾ ਪਿਆਰੇ ਮੈਂ 28-30 ਸਾਲ ਡਾਏ ਅਤੇ ਮੇਰੇ ਕੋਲ ਚੰਗੇ ਮਾੜੇ ਉੱਡਦੇ ਸੀ ਉਦੋਂ ਲੇਕਿਨ ਮੈਨੂੰ ਇਹਨਾਂ ਕਬੂਤਰਾਂ ਦਾ ਜਦੋਂ ਠਰਕ ਹੋਇਆ ਜਦੋਂ ਇਹ ਕਬੂਤਰ ਉੱਡਦੇ ਸੀ ਇਹਦੇ ਕੋਲ ਸੁਣ ਉਹਦੇ ਕੋਲ ਸੁਣ ਉਹਦੇ ਕੋਲ ਸੁਣ ਮੈਨੂੰ ਠਰਕ ਹੋਇਆ ਉੱਧਰ ਜਾਣ ਦਾ ਇਹ ਭਾਈ ਨਹੀਂ ਮੈਨੂੰ ਉੱਥੇ ਲੈ ਗਏ ਮੈਂ ਜਦੋਂ ਉੱਥੇ ਗਿਆ ਵੇਖਿਆ ਕਬੂਤਰਾਂ ਨੂੰ ਮੈਂ ਕਿਹਾ ਯਾਰ ਕਬੂਤਰ ਤਾਂ ਹੈਗੇ ਆਹ ਜਿਹੜੇ ਮੇਰੇ ਕੋਲ ਨੇ ਮੈਂ ਦੜਬੀਆਂ 'ਚੋਂ ਇਕੱਠੇ ਕੁੱਠੇ ਕੀਤੇ ਨੇ ਬੱਚੇ ਬੁੱਚੇ ਲਿਆ ਲੋਕ ਛੱਡੇ ਨੇ ਅੱਛਾ ਅਤੇ ਮੈਂ ਸਾਡਾ ਗੋਸ਼ਤ ਦਾ ਕੰਮ ਜੀ ਛੋਟੇ ਗੋਸ਼ਤ ਦਾ ਮੈਂ ਸਵੇਰੇ ਖੱਲਾਂ ਵਿੱਚ ਜਾਣਾ ਸਾਂ
ਤੇ ਵਾਪਸੀ ਜਿਹੜੇ ਨਾ ਉਸ ਜਿਹੜੇ ਪੈਸੇ ਵੱਟੇ ਹੁੰਦੇ ਨਾ ਖੱਲਾ ਖੁੱਲਾ ਦੇ ਤੇ ਦੜਵੀਆਂ 'ਚ ਬੱਚੇ ਬੱਚੇ ਇਕੱਠੇ ਕਰ ਲੈਂਦੇ ਸੀ ਉਹ ਮੈਂ ਛੱਡ ਲੈਣਾ ਹਾਂ ਤੇ ਉਹ ਮਾਸ਼ਾਅੱਲਾ ਕੋਈ ਸ਼ੌਕ ਮੇਰਾ ਹੋ ਜਾਂਦਾ ਸੀ 28-30 ਸਾਲ ਸ਼ੌਕ ਰਿਹਾ ਜਦੋਂ ਫਿਰ ਉੱਥੇ ਗਏ ਉਹ ਕਬੂਤਰ ਵੇਖੇ ਮੈਂ ਆਪਣੇ ਘਰੋਂ ਸਾਰੇ ਵੇਚ ਵੱਟ ਦਿੱਤੇ ਮੈਂ ਇਹਨਾਂ ਕਬੂਤਰਾਂ ਦੀ ਖਾਤਰ ਫਿਰ ਚੌਧਰੀ ਸਾਹਿਬ ਕੋਲ ਮੇਰੀ ਦੋਸਤੀ ਬਣ ਗਈ ਚੌਧਰੀ ਸਖੀ ਭੱਟੀ ਸਾਹਿਬ ਨਾਲ ਮੇਰੀ ਦੋਸਤੀ ਬਣ ਗਈ ਇਸ ਬੰਦੇ ਦੀ ਵਜ੍ਹਾ ਠੀਕ ਹੋ ਗਿਆ ਤੇ ਇਸ ਮੈਂ ਲੱਭੇ ਦੀ ਵਜ੍ਹਾ ਠੀਕ ਹੋ ਜੋ ਉਹਨਾਂ ਦੀ ਮਿਹਰਬਾਨੀ ਉਹਨਾਂ ਨੇ ਵੀ ਮੈਨੂੰ ਆਪਣੇ ਪੁੱਤਰਾਂ ਵਾਂਗੂ ਭਰਾਵਾਂ ਵਾਂਗੂ ਪੁੱਤਰ ਦੇ ਨਹੀਂ ਮਤਲਬ ਮੇਰੇ ਭਰਾ ਵਾਂਗੂ ਆਪਣੇ ਸ਼ਗਿਰਦਾਂ ਵਾਂਗੂ ਮੈਨੂੰ ਉਹਨੇ ਮਤਲਬ ਮੁਹੱਬਤ ਦਿੱਤੀ ਮੈਂ ਮੁੜ ਕੇ ਉੱਥੇ ਰਹਿਣਾ ਚਾਲੂ ਹੋਇਆ ਕਾਫੀ ਦੇਰ ਬਾਜੀਆਂ ਉੱਡਣੀਆਂ ਕਬੂਤਰ ਲਾ ਕਬੂਤਰ ਦੇਣਾ ਜਾਂ ਮਸਾਲ ਲਾਗੇ ਹੋਣਾ ਫਰਾਣੀ ਸ਼ਾਹ ਫੜਾ ਦਿਓ ਟਿੰਗੜੀ ਲਿਆ ਦਿਓ ਜਾਂ ਪਾਣੀ ਫੜਾਏਂਗੇ ਮਤਲਬ ਐਸਾ ਕਰ ਕਰਾ ਕੇ ਨਾ ਮੈਨੂੰ ਇਹਨਾਂ ਕਬੂਤਰਾਂ ਠਰਕ ਸੀ ਵੀ ਕਿਸੇ ਤਰੀਕੇ ਨਾਲ ਇਹ ਕਬੂਤਰ ਮੈਨੂੰ ਮਿਲ ਜਾਣ ਮੇਰੇ ਆਪਣੇ ਵਸਾਲ ਬੜੇ ਚੰਗੇ ਸੀ ਅੱਛਾ ਉਦੋਂ ਅਗਰ ਮੈਨੂੰ ਚੌਧਰੀ ਸਾਹਿਬ ਉਦੋਂ ਕੋਈ ਲੱਖ ਰੁਪਏ ਦਾ 1.5 ਲੱਖ ਦਾ ਵੀ ਜੋੜਾ ਦੇ ਦਿੰਦਾ ਮੈਂ ਤੁਹਾਨੂੰ ਇਹ ਗੱਲ ਸੁਣਾ ਰਿਹਾ ਕੋਈ 26-27 ਸਾਲ ਪੁਰਾਣਾ ਠੀਕ ਹੋ ਗਿਆ ਮੈਨੂੰ ਉਦੋਂ ਕੋਈ ਦਿੰਦਾ ਤਾਂ ਸ਼ਾਇਦ ਮੈਂ ਉਦੋਂ ਲੈ ਲੈਂਦਾ ਲੇਕਿਨ ਉਹ ਨਾ ਲੂੰ ਪੁੱਟ ਕੇ ਨਹੀਂ ਕਿਸੇ ਨੂੰ ਦਿੰਦਾ ਉਸ ਵਕਤ ਤੇ ਮੰਗਣਾ ਵੀ ਬੇਫਜ਼ੂਲੀ ਸੀ ਉਹ ਮੈਂ ਨਾ ਫਿਰ ਲਾਲੇ ਜੀ ਅੱਲਾ ਪਾਕ ਦਾ ਕੋਈ ਐਸਾ ਕਰਮ ਹੋਇਆ ਮੇਰੇ ਕੋਲ ਇੱਕ ਪੁੱਤਰ ਆ ਉਹਨਾਂ ਦੇ ਕਬੂਤਰ ਮੇਰੇ ਕੋਲ ਆ ਗਏ ਕੋਈ 7-8 ਸਾਲਾਂ ਬਾਅਦ 6-7-8 ਸਾਲ ਬਾਅਦ ਅੱਛਾ ਇੱਕ ਕਬੂਤਰ ਆਇਆ ਨਹੀਂ ਜੀ ਬੱਚੇ ਬੁੱਚੇ ਮੇਰੇ ਕੋਲ ਆ ਗਏ ਉਹਨਾਂ ਦਿੱਤੇ ਜਾਂ ਵਾਅਦਾ ਘਾਟਾ ਕੀਤਾ ਨਹੀਂ ਜੀ ਨਹੀਂ ਕਿਸੇ ਨਾਲ ਵਾਅਦਾ ਘਾਟਾ ਨਾ ਕੀ ਕਰਨਾ ਜੇ ਵਾਅਦਾ ਘਾਟਾ ਕੋਈ ਤੁਹਾਨੂੰ ਅੱਜ ਥੋੜੀ ਮੈਨੂੰ ਮਿਲ ਰਹਾ ਨਾ ਠੀਕ ਹੈ ਉਹ ਗੱਲ ਪੁੱਛੋ ਨਾ ਜਿਹੜੀ ਸਿੱਧੀ ਹੈ ਨਹੀਂ ਸਿੱਧੀ ਦੱਸੋ ਨਾ ਤੁਸੀਂ ਤਾਂ ਦੱਸਣੀ ਹੈ ਨਾ ਨਹੀਂ ਇਹ ਤਾਂ ਤੁਹਾਨੂੰ ਪੁੱਛਣਾ ਵਾਅਦਾ ਘਾਟਾ ਹੀ ਨਹੀਂ ਜੀ ਵਾਅਦਾ ਘਾਟਾ ਹੁੰਦਾ ਤਾਂ ਫਿਰ ਚੋਈ ਸਾਹਿਬ ਅੱਜ ਵੀ ਮੇਰੇ ਉਹ ਪਿਆਰ ਵਾਲੇ ਨੇ ਅੱਜ ਵੀ ਮੈਂ ਯਾਰ ਗੱਲ ਸੁਣੋ ਮੇਰੀ 7-8 ਸਾਲਾਂ ਬਾਅਦ ਇੱਕ ਕਬੂਤਰ ਆਉਂਦਾ ਬੰਦੇ ਕੋਲ ਨਹੀਂ ਮੈਂ ਨਹੀਂ ਮੇਰੇ ਕੋਲ ਕਾਫੀ ਬੱਚੇ ਆ ਗਏ ਸੀ ਬਾਅਦ ਚ ਆ ਗਏ ਨਾ ਬੱਚੇ ਬੱਚੇ ਆ ਗਏ ਸੀ ਬੱਚੇ ਉਸੇ ਬਿਮਾਰ ਹੋਏ ਨਹੀਂ ਸਮਝਾ ਮੈਨੂੰ ਉਹਨਾਂ ਨੇ ਕਿਹਾ ਲਾਲ ਕਰ ਦੇ ਅੱਛਾ ਵਾਇਰਸ ਕੋਈ ਮਾੜਾ ਮੋਟਾ ਪਿਆ ਸੀ ਠੀਕ ਹੋ ਗਿਆ ਉਹਨੇ ਕਿਹਾ ਲਾਲ ਕਰ ਦੇ ਮੈਂ ਕਿਹਾ ਜੀ ਮੈਂ ਲੈ ਜਾਵਾਂ ਮੈਂ ਇਹਨੂੰ ਕਾਸਤੇ ਕਰ ਲਾਂਗਾ ਫਿਰ ਲੈ ਆਵਾਂਗਾ ਉਹਨੇ ਕਿਹਾ ਠੀਕ ਹੈ ਉਹ ਮੈਂ ਲੈਣ ਦੇ ਘਰ ਬੱਚੇ ਸੀ ਬਾਬਾ ਤਦਾਦ ਨਾਲ ਅੱਛਾ ਤੇ ਉਹ ਮੈਂ ਮੁੜ ਕੇ ਸਾਰੇ ਦੇ ਸਾਰੇ ਦੂਜੇ ਲਫ਼ਜ਼ਾਂ ਸਮਝ ਲਓ ਕਿ ਮੈਂ ਕਿਹਾ ਮਰ ਗਏ ਅੱਛਾ ਉਹਨਾਂ ਨੂੰ ਕਹਿਤਾ ਮਰ ਗਏ ਨੇ ਬਿਮਾਰੀ ਬਿਮਾਰੀ ਨਾਲ ਠੀਕ ਹੋ ਗਿਆ ਉਹ ਬਚਾ ਲਏ ਬਚ ਗਏ ਰੱਬ ਨੇ ਬਚਾ ਤੇ ਵਾਦਾ ਘਟਾ ਹੀ ਹੋਇਆ ਨਾ ਸੱਚੀ ਗੱਲ ਅੱਛਾ ਅੱਛਾ ਆ ਵੀ ਫਿਰ ਤੁਸੀਂ ਨਹੀਂ ਮੇਰੇ ਗੱਲ ਕੋ ਫੰਦਾ ਬਹੁ ਸੱਚੀ ਗੱਲ ਉਹ ਨਾ ਲਾਲੇ ਜੋ ਮੇ ਕੋ ਨਾ ਬਚ ਗਏ ਅੱਛਾ ਤੇ ਅੱਜ ਵੀ ਚੋਈ ਸਾਹਿਬ ਨੂੰ ਮੈਂ ਕਿਹਾ ਕਿ ਮੇ ਕੋ ਮਰ ਗਏ ਨੇ ਅੱਛਾ ਉਹਨਾਂ ਦੀ ਮਿਹਰਬਾਨੀ ਉਹਨਾਂ ਨੇ ਕਦੀ ਵੀ ਵਰਕਾ ਕਦੀ ਫੋਲ ਕੇ ਵੇਖਿਆ ਹੀ ਨਹੀਂ ਸੀ ਕਿ ਵੀ ਯਾਰ ਇੰਜ ਤੇ ਇੰਜ ਤੇ ਇੰਜ ਨਹੀਂ ਮਰੇ ਹਾਂ ਕੁਝ ਫਿਰ ਨਾ ਉਸੇ ਕਬੂਤਰ ਆਂਡੇ ਜਦੋਂ ਜੋੜੇ ਇਕੱਠੇ ਛੱਡਦੇ ਸੀ ਨਾ ਉਦੋਂ ਆਂਡੇ ਉਂਡੇ ਮਾਦੀਆਂ ਨਾਲ ਲਾਉਂਦੇ ਸੀ ਉਹ ਫਿਰ ਮੈਂ ਪੁੱਛ ਕੇ ਚੌਧਰੀ ਕੋਲ ਲੈ ਆਂਦੇ ਆਂਡੇ ਉਂਡੇ ਹਾਂਜੀ ਕਿ ਚੌਧਰੀ ਸਾਹਿਬ ਆਂਡੇ ਉਂਡੇ ਢੇਰ ਲੱਗ ਗਿਆ ਇਹਨਾਂ ਦਾ ਤੇ ਜੇ ਤੁਸੀਂ ਕਹੋ ਤਾਂ ਮੈਂ ਘਰ ਲੈ ਜਾ ਇਹ ਉਹ ਗੱਲ ਜਿਹੜੀ ਸੱਚੀ ਆ ਗੱਲ ਸੀ ਅੱਛਾ ਉਹਨਾਂ ਨੇ ਇਹਦੇ ਦੇ ਵਿੱਚ ਮਾਥਾ ਝੂਟ ਰਹੀ ਆਪ ਨੇ ਬੋਲਦੇ ਤੁਹਾਨੂੰ ਨੇ ਬੋਲਦਾ ਅੱਛਾ ਉਹਨਾਂ ਨੇ ਕਿਹਾ ਯਾਰ ਭੇ ਨੇ ਯਾਰ ਲੈ ਜਾ ਘਰ ਲੈ ਜਾ ਝੋਲੀ ਭਰ ਤੋ ਉਹ ਫਿਰ ਮੈਂ ਵੇਖਦੇ ਰਹਿਣਾ ਕਿਹੜਾ 10 ਨੰਬਰ ਕਿੰਨਾ ਲੱਗਾ ਤੇ ਫਲਾਣਾ ਕਿੰਨਾ ਲੱਗਾ ਇਹ ਆਂਡੇ ਲਾਉਣ ਵਾਲਾ ਜਾਂ ਲਾਉਂਦੇ ਆ ਉਹ ਨੱਟ ਲਾ ਲੈਂਦੇ ਸੀ ਨਾ ਜਦੋਂ ਉੱਤੇ ਅੱਛਾ ਉਹ ਰਹਿੰਦੇ ਤੇ ਉਸੇ ਸਮਰ ਕੇ ਉਹ ਮੁੜ ਕੇ ਫਿਰ ਮੈਂ ਇਸ ਤਰ੍ਹਾਂ ਕਰਕੇ ਨਾ ਆਂਡੇ ਵੀ ਲੈ ਆਂਦੇ ਉਹ ਬੱਚੇ ਤੇ ਮੇਰੇ ਕੋਲ ਆ ਗਏ ਸੀ ਆ ਗਏ ਸਨ ਲੇਕਿਨ ਉਹ ਮੈਂ ਨਾ ਫਿਰ ਆਂਡੇ ਵੀ ਇਸ ਤਰ੍ਹਾਂ ਲੈ ਆਂਦੇ ਉਹਨਾਂ ਨੂੰ ਵੀ ਘਰ ਰੱਖ ਲਾ ਬਾਇਆ ਉਹ ਦੂਜਾ ਕਬੂਤਰਾ ਥਲੇ ਉਹ ਬੱਚੇ ਨਿਕਲ ਆਏ ਵੱਡੇ ਹੋ ਗਏ ਉਹਨਾਂ ਦੇ ਆਂਡੇ ਬੱਚੇ ਬੁਰ ਨਿਕਲਣਾ ਚਾਲੂ ਹੋ ਗਏ ਮਾਸ਼ਾਅੱਲਾ ਤੇ ਅੱਲਾ ਪਾਕ ਦੇ ਸਦਕੇ ਬਰਕਤ ਬਰਕਤ ਪੈ ਗਈ ਬਰਕਤ ਪੈ ਗਈ ਲੇਕਿਨ ਮੈਂ ਨਾ ਦੇਖੋ ਮੁੜ ਕੇ ਖਾਰੀਆਂ ਕਬੂਤਰ ਡਾਏ ਨੇ ਨਹੀਂ ਖਾਰੀਆਂ ਤਾਂ ਪਹਿਲੇ ਆਂਡੇ ਦੀ ਗੱਲ ਕਰ ਲਈ ਆਂਡੇ ਨਹੀਂ ਜਿਹੜੇ ਆਂਡੇ ਲਿਆਉਂਦੇ ਰਹੇ ਸਾਰੇ ਹੀ ਨਿਕਲਦੇ ਰਹੇ ਬੱਚੇ ਕਈਆਂ ਚੋਂ ਨਹੀਂ ਵੀ ਨਿਕਲਦੇ ਕਈਆਂ ਚੋਂ ਨਹੀਂ ਨਿਕਲਦੇ ਅੱਛਾ ਠੀਕ ਹੋ ਗਿਆ ਚਲੋ ਇੱਥੇ ਖਤਮ ਕਰਨਾ ਅੱਛਾ ਫਿਰ ਖਾਰੀਆਂ ਕਦੀ ਖਾਰੀਆਂ ਕਬੂਤਰ ਮੈਂ ਜਵੇਦ ਮੁੰਡਾ ਹੈਗਾ ਬਾਬਲੀ ਤੋਂ ਸਰਾਇ ਆਲਮਗੀਰ ਤੋਂ ਅੰਦਰ ਦਾ ਸਰਾਇ ਆਲਮਗੀਰ ਤੋਂ ਨਹਿਰ ਅੰਦਰ ਬਾਬਲੀ ਸ਼ਰੀਫ ਅੰਦਰ ਦਰਬਾਰ ਠੀਕ ਹੋ ਗਿਆ ਠੀਕ ਹੋ ਉਹ ਸੇ ਕਬੂਤਰ ਡਾਏ ਮੈਂ ਮਾਸ਼ਾਅੱਲਾ ਬੜਾ ਅੱਛਾ ਰਿਜ਼ਲਟ ਆਇਆ ਇਹਨਾਂ ਕੋ ਦਾਣਾ ਪਾਣੀ ਹੁੰਦੀ ਦੱਸਿਆ ਤੁਹਾਨੂੰ ਛੱਡ ਜੀ ਮੈਂ ਤੁਹਾਨੂੰ ਦੱਸਣਾ ਨਹੀਂ ਸਖੀ ਸਾਹਿਬ ਮੈਂ ਤੁਹਾਨੂੰ ਦੱਸ ਅੱਛਾ ਆ ਥੋੜੀ ਗੱਲ ਸਹੀ ਹਾਂ ਠੀਕ ਹੋ ਗਿਆ ਉਹ ਨਾ ਉਸੇ ਕਬੂਤਰ ਡਾਏ ਬੜਾ ਅੱਛਾ ਰਿਜ਼ਲਟ ਆਇਆ ਜੀ ਇੱਕ ਮਿੰਟ ਮੈਂ ਲੋ ਜੀ ਉਹ ਨਾ ਅੱਛਾ 7 ਭਾਈਆਂ ਉਥੇ ਸੀ ਪਾਰਟੀਆਂ ਦੋਵੇਂ ਬਾਹਰ ਸੀ ਟਰੀ ਦੇ ਵਿੱਚ ਅੱਛਾ ਮੈਨੂੰ ਉਹਨਾਂ ਨੇ ਮਾਫ ਦੇ ਬੁਲਾ ਲਿਆ ਮੈਂ ਚਲੇ ਗਿਆ ਅੱਲਾ ਪਾਕ ਨੇ ਬੜੇ ਚੰਗੇ ਕਬੂਤਰ ਡਾਤੇ ਸਤਵੇਂ ਮਾਸ਼ਾਅੱਲਾ ਜੇਠਲੀ ਅਸੀਂ ਡਾਕਟਰੀ ਜੇਠ ਜੀ ਜੇਠ ਡਾਕਟਰ ਇਸ਼ਤਿਆਕ ਮੇਰੇ ਲਾਗੇ ਡਾ ਰਿਹਾ ਸੀ ਕਬੂਤਰ ਅੱਛਾ ਅੱਛਾ ਤੇ ਇੱਕ ਵਕਤ ਐਸਾ ਆਇਆ ਕਿ ਮੈਂ ਘਰੋਂ 2 ਬੱਚੇ ਲੈ ਕੇ ਗਿਆ ਸਾਂ ਇਹਨਾਂ ਟੈੜੀਆਂ ਦੇ ਬਿਲਕੁਲ ਬੂਟ ਸੀ ਤੇ ਮੈਂ ਉਹਨਾਂ ਨੂੰ ਆਪਣਾ ਛੱਡਿਆ ਉਹ ਬੂਟ ਸੀ ਚੀਕਦੇ ਸੀ ਬੱਚੇ ਉਹਨਾਂ ਨੂੰ ਮੈਂ ਡਾਉਣਾ ਚਾਲੂ ਕੀਤਾ ਉੱਡ ਗਏ ਕੱਪ 'ਚ ਇੱਕ ਕੱਪ ਸੀ ਉੱਥੇ ਉੱਡਦਾ ਪਿਆ ਤਿੰਨਾਂ ਤਿੰਨਾਂ ਬੱਚਿਆਂ ਦਾ ਉਹ ਕੱਪ ਵੀ ਚੁੱਕ ਲਿਆ ਤੇ ਬੱਚੇ 2:30, 2:30, 3 ਵਜੇ ਬੜੀ ਸੜੀ ਗਰਮੀ 'ਚ ਬਹਿੰਦੇ ਸੀ ਪਾੜਾ ਹੀ ਨਾ ਛੱਡਣ ਮਾਂ ਮੇਰੇ ਸਾਹ ਭੋਲੇ ਨੇ ਮੈਨੂੰ ਕਿਹਾ ਸੁਣਾ ਯਾਰ ਜਿਹੜੇ ਬੱਚੇ ਲੈ ਕੇ ਗਏ ਆ ਮੈਂ ਕਿਹਾ ਸਾਹ ਜੀ ਕਮਾਲ ਉੱਡਦੇ ਪਏ ਨੇ ਉਹਨੇ ਕਿਹਾ ਕਮਾਲ ਕੀ ਉੱਡਦੇ ਪਏ ਨੇ ਉਹ ਰਾਤਾਂ ਰਹਿ ਜਾ ਕੇ ਬਹਿ
ਮਹਿਰ ਸਾਹਿਬ ਤੋਂ ਬੈਠਾ। ਇਹਨਾਂ ਨੇ ਕਿਹਾ ਜੀ ਤੂੰ ਸਵੇਰੇ ਡਾਉਣੇ ਨੇ, ਮੈਂ ਕਹਿੰਦਾ ਜੀ ਹੁਣ ਤਾਂ ਸਵੇਰੇ ਡੱਕ ਦਾਂਗਾ। ਉਹਨੇ ਕਿਹਾ ਪਰਸੋਂ ਤੁਹਾਡੇ ਕੋਲ ਅਸੀਂ ਆਵਾਂਗੇ। ਲਓ ਜੀ ਡਾਕਟਰ ਇਸ਼ਤਿਆਕ, ਆਪਣਾ ਜੁਲਫੀ, ਉਸਤਾਦ ਜੁਲਫੀ, ਮੇਰਾ ਸਾਹਿਬ ਭੁੱਲਾ ਡੇਰੇ ਵਾਲਾ, ਉਸਤਾਦ ਮਹਿਰ ਸਾਹਿਬ, ਠੀਕ ਹੋ ਗਿਆ। ਇਹ ਮੇਰਾ ਝੂਠ ਸੱਚ ਕੱਢਣ ਵਾਸਤੇ ਨਾ ਮੇਰੇ ਸਿਰ 'ਤੇ ਚਲੇ ਗਏ। ਸ਼ਾਇਦ ਇੱਕ ਬੰਦਾ ਹੋਰ ਸੀ, ਮੈਨੂੰ ਯਾਦ ਨਹੀਂ ਆ ਰਿਹਾ ਉਹ ਕਿਹੜਾ ਸੀ। ਇਹ ਪੰਜ ਚਾਰ ਜਣੇ ਚਲੇ ਗਏ। ਇਹਨਾਂ ਨੇ ਕਿਹਾ ਵੀ ਤੂੰ ਕਬੂਤਰ ਜਿਹੜੇ ਨਾ ਉਡਾਉਣੇ ਨਹੀਂ, ਕੱਲ੍ਹ ਮੈਨੂੰ ਉਹਨਾਂ ਨੇ ਕਿਹਾ ਸਵੇਰੇ ਤੂੰ ਉਡਾਉਣੇ ਨਹੀਂ, ਅਸੀਂ ਆਣ ਕੇ ਉਡਾਵਾਂ। ਅੱਛਾ, ਮੇਰੇ ਉਸਤਾਦ ਭੋਲੇ ਨੇ ਕਿਹਾ। ਅੱਛਾ, ਮੇਰੇ ਉਸਤਾਦ ਭੋਲੇ ਨੇ ਕਿਹਾ। ਮੈਂ ਕਿਹਾ ਜੀ ਠੀਕ ਹੈ। ਖੈਰ ਜੀ ਨਾ ਇਹ ਸਵੇਰੇ ਨਾ ਮੁੰਡੇ ਨਾਲ ਰਾਤ ਨੂੰ ਕਿਹਾ ਚੱਲ ਤੂੰ ਉਡਾਰੀ, ਅਸੀਂ ਨਾ ਤੇਰਾ ਕੋਈ 10 ਮਿੰਟ ਲੇਟ ਆ ਜਾਵਾਂਗਾ। ਠੀਕ ਹੈ ਜੀ। ਉਹ ਕਰਦੇ ਕਰਾਉਂਦੇ ਕੋਈ ਪੱਲਾ ਵੱਜ ਗਿਆ ਕਬੂਤਰਾਂ ਦਾ ਸਵੇਰੇ ਜਦੋਂ ਮਾਰੀ ਦਾ। ਇਹ ਪਹੁੰਚੇ ਜੀ ਆਪਣਾ ਨਾ ਮੇਰੇ ਕੋਲ ਕੋਈ ਅੱਗੜ ਪਿਛੜ ਬੈਠੇ ਸੀ। ਤੇ ਮੈਨੂੰ ਇਹਨਾਂ ਨੇ ਮੇਰੇ ਉਸਤਾਦ ਨੇ ਕਿਹਾ ਭੋਲੇ ਨੇ ਡੇਰੇ ਵਾਲੇ ਨੇ ਕਿ ਯਾਰ ਸੁਣਾ ਬੱਚੇ। ਮੈਂ ਕਿਹਾ ਜੀ ਹੁਣੇ ਅਜੇ ਬੈਠੇ ਹੀ ਨੇ। ਤੇ ਮੇਰਾ ਹਲ ਢਾਈ ਕੁ ਦਾ ਸੀ, 2 ਤੋਂ ਉੱਤੇ ਸੀ। ਤੇ ਮੈਂ ਕਿਹਾ ਜੀ ਹੁਣੇ ਬੈਠੇ ਨੇ। ਇਸ ਦਾ ਆਪਣਾ ਜੁਲਫੀ ਜਿਹੜਾ ਸੀ, ਇਹਨੇ ਕਿਹਾ ਜੀ ਹੁਣੇ ਵੇਖ ਲੈਣੇ ਜੇ ਬੈਠੇ ਸੀ। ਕਿੰਨੀ ਦੇਰ ਹੋਈ? ਮੈਂ ਕਿਹਾ ਜੀ ਤਾਂ ਮੈਂ ਪਾਣੀ ਵੀ ਨਹੀਂ ਪਾਇਆ। ਇਹਨੇ ਕਿਹਾ ਜੀ ਹੁਣੇ ਵੇਖ ਲੈਂਦੇ ਹਾਂ। ਭਾਈ ਜੀ ਜੁਲਫੀ ਉਸਤਾਦ ਜੁਲਫੀ ਉੱਤੇ ਚੜਿਆ, ਚੜ ਕੇ ਬੱਚੇ ਫੜ ਕੇ ਥੱਲੇ ਲਿਆਂਦੇ। ਬੱਚੇ ਦੋਵੇਂ ਚੋਏ ਸੀ, ਅਜੇ ਤਾਂ ਪਾਣੀ ਵੀ ਨਹੀਂ ਸੀ ਪਾਇਆ। ਇਹਨਾਂ ਨੇ ਜਦੋਂ ਉਸਤਾਦ ਉਹਨਾਂ ਨੂੰ ਦਿਖਾਏ, ਮੇਰੇ ਉਸਤਾਦ ਭੋਲੇ ਦੇ ਰਿਹਾ ਲਿਆਉਂਦਾ। ਇਹਨਾਂ ਕਿਹਾ ਯਾਰ ਕਮਾਲ ਹੈਗਾ ਯਾਰ, ਬਹੁਤ ਅੱਛਾ ਯਾਰ। ਬੱਚੇ ਜੇ ਚੂੰ ਚੂੰ ਕਰਦੇ, ਪਰ ਵੀ ਨਹੀਂ ਸੀ ਸੁੱਟਿਆ। ਅੱਛਾ, ਅਜੇ ਪਰ ਵੀ ਨਹੀਂ ਸੀ ਸੁੱਟੇ ਤੇ ਬੱਚੇ ਅੱਜ ਫੜਿਆ, ਝੂੰ ਝੂੰ ਕਰਦੇ ਸੀ ਆਂਡਾ ਪਰ। ਅੱਜ ਤਕਰੀਬਨ ਇਸੇ ਲਾ ਲਓ ਕਿ ਮੈਨੂੰ ਅਜੇ ਲਗਿਆ ਨੂੰ 20 ਦਿਨ ਹੋ ਗਏ ਸੀ, 18 ਜਾਂ 20 ਦਿਨ। ਤੇ ਇਹਨਾਂ ਨੇ ਕਿਹਾ ਯਾਰ ਇਹ ਤਾਂ ਬੱਚੇ ਵੱਗ ਗਏ ਸੀ ਯਾਰ। ਲਓ ਜੀ ਫਿਰ ਉੱਥੋਂ ਮੈਂ ਕਦੇ ਹੋਰ ਡਾਏ ਕਬੂਤਰ ਅਗਲੇ ਸਾਲ। ਉੱਥੇ ਰਿਜ਼ਲਟ ਮੇਰਾ ਕੋਈ ਚੰਗਾ ਨਹੀਂ ਆਇਆ, ਕਿਉਂਕਿ ਉੱਥੇ ਸਿਰਫ ਕੱਪ 'ਚ ਸੀ, ਬਾਜ਼ੀਆਂ ਨਹੀਂ ਸੀਗੀਆਂ। ਦੇ ਕੋਲ ਕੱਪ ਨਹੀਂ ਚੁੱਕਿਆ, ਕਿਉਂਕਿ ਮੰਡੀਰ ਵਾਲਿਆਂ ਦਾ ਕੱਪ ਸੀ ਕੋਈ, ਉਹਦੇ 'ਚ ਮੇਰਾ ਕੋਈ ਖਾਤਾ ਨਾ ਆਇਆ। ਅੱਛਾ ਜੀ, ਉਸ ਤੋਂ ਅੱਗੇ ਫਿਰ ਮੈਂ ਖਾਰੀਆਂ ਚਲੇ ਗਿਆ, ਪਰੋਠ ਖਾਰੀਆਂ ਥੱਪਲੇ ਦੇ ਅੰਦਰ ਡੋਗੇ ਤੇ ਆਪ ਠੀਕ ਹੋ ਗਿਆ। ਇਹ ਮੈਂ ਉੱਥੇ ਡਿੱਗਿਆ, ਉੱਥੇ ਫਿਰ ਮੇਰਾ ਰੋਡ ਤੇ 11 ਕਬੂਤਰ ਸੀ ਤੇ 11 ਬਾਜ਼ੀਆਂ ਸੀ। ਔਰ ਆਪਣੇ ਉਸਤਾਦ ਅੱਗੇ ਉਸਤਾਦ ਨੂੰ ਕਿਹਾ ਉਸਤਾਦ ਜੀ ਦੁਆ ਕਰਨੀ ਕਿ ਭਾਈ ਦਰੀਸ ਕੰਡਿਆਲਾ ਸੀ ਮੇਰਾ ਬੜਾ ਅੱਛਾ ਦੋਸਤ, 5 ਵਕਤ ਦਾ ਨਮਾਜ਼ੀ। ਮੈਂ ਉਹਨੂੰ ਕਿਹਾ ਉਸਤਾਦ ਜੀ ਆਹ ਗੱਲ ਜੇ ਤੇ ਮੈਂ ਕਬੂਤਰ ਡਾਉਣੇ ਜੇ ਦੁਆ ਕਰਨੀ ਕਿ ਆਪਣੇ ਉਸਤਾਦ ਭੋਲੇ ਡੇਰੇ ਵਾਲੇ ਨੂੰ ਵੀ ਕਿਹਾ, ਉਹਨੂੰ ਵੀ ਕਿਹਾ। ਲਓ ਜੀ ਅੱਲਾ ਦੀ ਰਹਿਮਤ ਨਾਲ ਪਹਿਲਾ ਕਬੂਤਰ 2:30-3 ਵਜੇ ਬਹਿੰਦਾ ਪਿਆ ਸੀ ਤੇ ਆਖਰੀ ਕਬੂਤਰ 7 ਵਜੇ, 7:15-7 ਵਜੇ, 6 ਵਜੇ ਵੀ, ਲੇਕਿਨ 7:08-17 ਦਾ ਵੀ ਪਰਚਾ ਸੀ, ਕਿਉਂਕਿ ਟਾਈਮ ਸੀ 8:30 ਦਾ। 8:17 ਦਾ ਵੀ ਪਰਚਾ ਉਹ ਅੱਲਾ ਨੇ ਕੀਤਾ, ਜਿਹੜਾ ਸਾਹਮਣੇ ਮੇਰੇ ਸੀ ਹਰੀਫ ਮੇਰਾ, ਉਹਨੂੰ ਵੀ ਲੋਕ ਹੱਥ ਚੁੰਮਦੇ ਸੁਣਦੇ, ਇੰਨਾ ਕਾਰੀਗਰ ਬੰਦਾ ਸੀ ਭਾਈ ਹਬੀਬ ਉਹਦਾ ਨਾਂ ਹੈ, ਤੇ ਬੜਾ ਹੀ ਕਾਰੀਗਰ। ਮੈਂ ਵੀ ਉਹਨੂੰ ਤਸਲੀਮ ਕਰਨਾ ਕਿ ਵਾਕਈ ਕਾਰੀਗਰ, ਲੇਕਿਨ ਜੀ ਉਹਨੂੰ ਜਿੱਤਿਆ। ਅਗਲਾ ਸਾਲ ਫਿਰ ਉਸੇ ਛੱਤ 'ਤੇ ਮੈਂ ਗਿਆ, ਫਿਰ ਮਾਸ਼ਾਅੱਲਾ 12:11-1 ਵਜੇ ਪਹਿਲਾ ਤੇ 8:04 ਤੇ ਆਖਰੀ, ਯਾਨੀ ਕਿ 11:22 ਅੱਲਾ ਨੇ ਬੜਾ ਅੱਛਾ ਰਿਜ਼ਲਟ ਦਿੱਤਾ। ਫਿਰ ਉਸਤਾਦ ਭੋਲੇ ਡੇਰੇ ਵਾਲੇ ਦੇ ਨਾਲ ਕਬਰਸਤਾਨ ਹੈ, ਉੱਥੇ ਮੁੰਡਾ ਮੇਰਾ ਸ਼ਗਿਰਦ ਬਬਲੀ ਸ਼ਾਹ, ਉੱਥੋਂ ਪੂਰੇ ਲਾਉਣਾ ਸਾਡੀਆਂ ਉੱਥੋਂ ਬਾਈਆਂ, ਯਾਨੀ ਕਿ ਕੋਈ ਘਰ ਐਸਾ ਮਾੜਾ ਨਹੀਂ ਕਿ ਜਿਹਦਾ ਤੁਸੀਂ ਨਾਲ ਲੋ ਤਾਂ ਯਾਰ ਘਰ ਮਾੜਾ। ਜਿਸ ਤਰ੍ਹਾਂ ਮੱਤ ਮਾਰੇ ਹੋ ਗਏ, ਮੁੱਲਾਂ ਹੋ ਗਿਆ, ਲਾਹੌਰ ਕਲੰਦਰ ਵਾਲੇ ਹੋ ਗਏ, ਮਾਸਟਰ ਪੇਂਟ ਹੋ ਗਿਆ, ਭਾਈ ਸਭ ਦੇ ਟੈਂਟਾਂ ਵਾਲਾ ਹੋ ਗਿਆ, ਆਸਮਾਨ ਬੱਟ ਹੋ ਗਿਆ, ਯਾਨੀ ਕਿ ਆਹ ਉਹ ਕਾਰ ਜਿਹੜੇ ਇਸ ਤੋਂ ਅੱਗੇ ਨੇ ਹੁਣ ਥੋੜ੍ਹੇ ਜਿਹੇ ਨੇ, ਮੈਨੂੰ ਨਹੀਂ ਆ ਰਹੇ, 14-15 ਘਰਾਣਾ ਬਾਜ਼ੀਆਂ ਤੋਂ ਬਹੁਤ ਅੱਛਾ ਰਿਜ਼ਲਟ, 5-6 ਨੂੰ ਕੋਲੋਂ ਹਰ ਗਏ ਅਤੇ ਬਾਕੀ ਨੇ ਜਿੱਤ ਲਿਆ। ਯਾਨੀ ਕਿ ਉੱਥੇ ਹੀ ਸਾਡਾ 3 ਸਾਲ ਬੜਾ ਅੱਛਾ ਰਿਜ਼ਲਟ। ਫਿਰ ਆ ਕੋਈ ਖਾਦ ਬਾਣੀ ਛੱਤ ਉਡਾਏ, ਅੱਜ ਜਦੋਂ ਉਹਨਾਂ ਵਿੱਚ ਖਾਣਾ ਖਾ ਰਹੇ ਹਾਂ ਤਾਂ ਇੱਕ ਬੰਦੇ ਦਾ ਫੋਨ ਆਇਆ ਕਿ ਜੀ ਉਸਤਾਦ ਤੁਸੀਂ ਕਬੂਤਰ ਨਹੀਂ ਉਡਾਏ, ਤਾਂ ਮੈਂ ਉਹਨੂੰ ਕਿਹਾ ਜਾਂ ਤੂੰ ਇਹਨਾਂ ਡਬਲ ਪੈਸੇ ਲਾ ਲਾ। ਠੀਕ ਹੋ ਗਿਆ, ਹਰ ਗਏ ਤੇ ਮੇਰੇ। ਅੱਛਾ, ਠੀਕ ਉਹਨੇ ਕਿਹਾ ਜੀ ਖਾਲਦਰ ਬਾਣੀ ਦੀ ਛੱਤ ਤੋਂ ਹੀ ਡਾਇਆ ਜੀ, ਮੈਂ ਡਾਇਆ 3 ਵਾਰੀਆਂ ਤੱਕ ਉਸਤਾਦ ਖਾਲਦਰ ਬਾਣੀ ਤੇ ਮੈਂ ਮਿਲ ਕੇ, 3 ਵਾਰੀਆਂ ਤੋਂ ਬਾਅਦ ਮੈਂ ਕਿਹਾ ਉਸਤਾਦ ਜੀ ਮੈਨੂੰ ਫਰੀ ਹੈਂਡ ਦਿਓ। ਠੀਕ ਹੋ ਗਿਆ, ਤੁਹਾਡੀ ਵਿੱਚੋਂ ਦਖਲ ਅੰਦਾਜ਼ ਹੁੰਦੀ ਤੇ ਕਬੂਤਰ ਜਿਹੜੇ ਅੱਛੇ ਨਹੀਂ ਉੱਠਦੇ। ਠੀਕ ਹੋ ਗਿਆ, ਉਹਨੇ ਕਿਹਾ ਯਾਰ ਠੀਕ ਹੈ ਤੂੰ ਫਰੀ ਹੈਂਡ ਲੈ ਲਾ। ਲਓ ਜੀ 3 ਵਾਰੀਆਂ ਤੋਂ ਬਾਅਦ 4 ਵਾਰੀਆਂ ਡਾਈਆਂ, 7ਵੀਂ ਬਾਜੀ ਵੀ 4:17 ਤੱਕ ਬੈਠੇ, ਜਿਹਦੇ 'ਚ ਇੱਕ ਕਬੂਤਰ ਮੁੰਡਾ ਵਾਰਸੀ ਉਹ ਬਵਰਚੀ, ਇਹਨੇ ਕਿਹਾ ਯਾਰ ਇਹ ਮੇਰਾ ਬੜਾ ਸੱਜਣ ਹੈ ਤੇ ਇਹ ਦਾਣਾ ਪਾਣੀ ਵੀ ਚੰਗਾ ਹੈ, ਦੇਸਾਂ ਕਰੋ, ਇਹ ਕਬੂਤਰ ਸਾਡਾ ਨਹੀਂ ਛੋੜਦਾ ਪਿਆ, ਚੱਲਦਾ ਨਹੀਂ ਸੀ ਪਿਆ। ਇਹਨਾਂ ਨੂੰ ਮੈਨੂੰ ਕਈ ਵਾਰੀ ਕਿਹਾ ਦੋਸਤਾਂ ਨੇ ਕਿ ਇਹਨੂੰ ਗਵਾ ਦੇ, ਮੈਂ ਕਿਹਾ ਯਾਰ ਗਵਾਉਣ ਦਾ ਫਾਇਦਾ, ਐਵਰੇਜ ਦੀਆਂ ਬਾਜ਼ੀਆਂ ਤੇ ਇਹ 4-5 ਘੰਟੇ ਸਾਨੂੰ ਦੇਂਦੇ ਆ, 9-10 ਵਜੇ ਬਹਿ ਰਿਹਾ, ਇਹਨੂੰ ਗਵਾ ਲਾਂਗੇ ਤੇ ਯਾਰ ਮੇਰੀ ਕਬੂਤਰ ਬਾਜੀ ਕੀ ਹੋ ਗਈ, ਇਹ 4-5 ਬਾਜ਼ੀਆਂ 5 ਘੰਟੇ ਜ਼ਾਇਆ ਕਰਾਵਾਂਗੇ। ਮੁੜ ਕੇ ਸਾਡੇ ਕਬੂਤਰ ਵੀ ਖਾਤੇ ਚੜ੍ਹ ਗਿਆ,
ਤੇ 5 ਘੰਟੇ ਵੀ ਜ਼ਾਇਆ ਹੋ ਗਏ। ਮੈਂ ਕਿਹਾ ਯਾਰ ਇਹਨੂੰ 4-5 ਦੇ ਰਹੇ ਨੇ ਦੇਣ ਦੇ, ਹਾਲੇ ਕੋ ਕਬੂਤਰ ਬੜਾ ਚੰਗਾ ਸੀ। ਅੱਛਾ ਲੋ ਜੀ ਉਹ ਫਿਰ ਨਾ ਇਹਨੇ ਖਾਲ ਸਾਹਿਬ ਨੇ ਕਿਹਾ ਯਾਰ ਕਟਿਆ ਪਾਉਣ ਨਹੀਂ ਸੀਗਾ, ਨਹੀਂ ਪਾਉਣ ਨਹੀਂ ਕਹਾ ਸੀ, ਲੇਕਿਨ ਬਾਜੀਆਂ ਸਾਡੀ 17 ਕਰਾਉਣਾ ਸੀ। ਅੱਛਾ ਪਿੱਛੇ ਕਬੂਤਰ ਕੋ ਨਹੀਂ, ਕਬੂਤਰ ਵੀ ਤਕਰੀਬਨ ਹੈਗੇ ਸੀ, ਲੇਕਿਨ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਗਵਾਵਾਂ, ਮੇਰੇ ਖਾਤੇ ਚੜ ਜਾਏਗੀ ਉਸਤਾਦ ਕਾ ਦਾ ਜਿਹਨੇ ਕਬੂਤਰ ਗਵਾਤਾ। ਨਹੀਂ ਪਿੱਛੇ ਅਗਰ ਕਬੂਤਰ ਉਹ ਤੋਂ ਚੰਗਾ ਆਇਆ ਸੀ, ਮੈਂ ਹੈਗੇ ਸੀ ਉਹ ਤੋਂ ਚੰਗਾ ਤੇ ਨਹੀਂ ਸੀ, ਲੇਕਿਨ ਉਹਦੇ ਲੈਵਲ ਤੇ ਹੈ ਸੀ, ਲੇਕਿਨ ਮੈਂ ਉਹਨੂੰ ਗਵਾਉਣਾ ਮੁਨਾਸਿਬ ਨਹੀਂ ਸਮਝਿਆ। ਪੁਰਾਣਾ ਕਬੂਤਰ ਹੋਏਗਾ, ਮੈਂ ਉਹਨੂੰ ਗਵਾਉਣਾ ਮੁਨਾਸਿਬ ਨਹੀਂ ਸਮਝਿਆ ਵੀ ਸਾਡੇ 5-6 ਘੰਟੇ ਦੇ ਰਿਹਾ, ਇਹਨੂੰ ਗਵਾ ਕੇ ਮੈਂ ਆਪਣੇ 5-6 ਘੰਟੇ ਵੀ ਖਰਾਬ ਕਰਾਂਗਾ, ਤੇ ਲੋਕੀ ਮੇਰੇ ਤੋਂ ਥੂ ਥੂ ਵੀ ਕਰਨਗੇ ਯਾਰ ਇਹਨੇ 4 ਕਬੂਤਰ ਗਵਾਤਾ ਇਹਨੇ ਫਲਾਣਾ। ਫਿਰ ਮੈਂ ਕਿਹਾ ਯਾਰ 4-5 ਘੰਟੇ ਦੇਈ ਜਾ ਰਹੇ ਉਹ ਦੂਜੇ ਕਬੂਤਰ ਚੰਗੇ ਉੱਡਦੇ ਪਏ ਨੇ। ਉਹ ਚੀਜ਼ ਇੱਕ ਵਾਰ ਸੀ ਅੱਬੂ ਵਰਚੀ, ਉਹਨੇ ਕਿਹਾ ਉਹਨੇ ਕੋਈ ਇੱਕ ਖੁਰਾਕ ਦਿੱਤੀ ਉਹਨੂੰ, ਉਹਨੇ ਕਿਹਾ ਯਾਰ ਆਹ ਖੁਰਾਕ ਜਿਹੜੀ ਨਾ ਉਸਤਾਦ ਜੀ ਤੁਸੀਂ ਦੇ ਰਹੇ ਹੋ। ਮੈਂ ਕਿਹਾ ਯਾਰ ਉਸਤਾਦ ਤੂੰ ਮੇਰੇ ਤੇ ਕਿਉਂ ਚੜੋ ਖਤੀ ਕਰਨਾ, ਮੇਰੇ ਨਾਲ ਜੇ ਚੰਗੇ ਨਹੀਂ ਉੱਡਦੇ ਪਏ ਤਾਂ ਫਿਰ ਤੂੰ ਕਿਸੇ ਕੋਲ ਲਿਆਓਗੇ ਦਾਣਾ ਪਾਣੀ ਦੇ ਲਾ। ਉਹਨੇ ਕਿਹਾ ਯਾਰ ਇਹ ਦਾਣਾ ਪਾਣੀ ਮੇਰਾ ਅਜ਼ਮਾਇਆ, ਚਲੋ ਕਬੂਤਰ ਇੱਕ ਨਹੀਂ ਉੱਡਦਾ ਪਿਆ ਉਹਨੂੰ ਦੇ, ਉਹ ਦੇਤਾ ਜੀ ਅਸੀਂ ਉਹਨੂੰ। ਇੱਕ ਕਬੂਤਰ ਇਹ ਜਿਹੜੇ ਉਹਨੇ ਬਹਿਸ ਹੋ ਰਹੀ ਸੀ, ਇੱਕ ਕਬੂਤਰ ਕਿਸੇ ਬੰਦੇ ਨੇ ਦਾਣਾ ਪਾਣੀ ਦਿੱਤਾ ਉਹ ਦਿੱਤਾ, ਤੇ ਮਾੜਾ ਬੰਦਾ ਜਿਹੜਾ ਨਾ ਉਹਨੇ ਚੰਗੇ ਵੀ ਡਾਲੇ ਉਹ ਵਾਪਸ ਆ ਗਿਆ ਉਹਦਾ ਨਾ ਜਾਂ ਚੰਗਾ ਉੱਡਣ ਲੱਗ ਪਿਆ। ਵਾਪਸ ਨਹੀਂ ਤਕਰੀਬਨ ਰਾਲਾ ਮਿਲਦਾ ਹੀ ਉੱਡਿਆ ਉਹਨਾਂ ਕੀ, ਨਹੀਂ ਥੋੜ੍ਹਾ ਵਧਿਆ ਤਕਰੀਬਨ, ਨਹੀਂ ਵਧਿਆ ਨਹੀਂ ਤਕਰੀਬਨ ਉਹਨਾਂ ਕੀ 9.5-10 ਦੀ ਏੜ ਗੇੜੀ ਠੀਕ ਹੋ ਗਿਆ, ਨਹੀਂ ਸਮਝਿਆ ਠੀਕ ਹੋ ਗਿਆ, ਨਹੀਂ ਤਕਰੀਬਨ ਮੇਰਾ ਹਾਲੇ ਕਹਿੰਦਾ ਕੋਈ ਘੰਟਾ ਅੱਧਾ ਘੰਟਾ ਵਧਾਇਆ ਉਹਨੇ, ਵਧਾਇਆ ਦਵਾਈ ਨੇ ਵਧਾਇਆ, ਉਹਨੇ ਕਿਹਾ ਯਾਰ ਨਾ ਸਾਡਾ ਦਾਣਾ ਪਾਣੀ ਅਜ਼ਮਾਇਆ ਠੀਕ ਹੈ ਜੀ, ਉਹਨੇ ਦਿੱਤਾ ਮੈਂ ਦੇ ਦਿੱਤਾ। ਉਸ ਹੁਣ ਗੱਲ ਤੋਂ ਗਵੈਸ ਹੁੰਦੀ ਸੀ ਸਰ, ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਜਿੱਡੇ ਚੰਗੇ ਕਬੂਤਰ ਮਹਿਰਾਂ ਦੇ ਨਾ ਲਾ ਲਖੇ ਲਲਿਆਣੀ ਵਾਲੇ ਦੇ ਹੋ ਗਏ ਜਾਂ ਮਹਿਰਾਂ ਗੱਲ ਤੇ ਕਹੀ ਨਾ ਵੀ ਉਹ ਆਏ ਉੱਥੇ ਹੀ ਨੇ ਆਏ ਤਾਂ ਉੱਧਰੋਂ ਟੁਰ ਫਿਰ ਕੇ ਸਾਰਾ ਕਬੂਤਰ ਦੇ ਉੱਡੇ ਚੰਗੇ ਕਬੂਤਰ ਕਿਸੇ ਕੋਈ ਨਹੀਂ ਦੁਨੀਆਂ ਦੇ ਠੀਕ ਹੋ ਗਿਆ। ਜੇ ਜਿੱਡੇ ਚੰਗੇ ਕਬੂਤਰ ਟੈਰੀ ਨਾ ਚੌਧਰੀ ਸਖੀ ਵਾਲੇ ਉਹ ਕਬੂਤਰ ਹੀ ਨਹੀਂ ਜਿਹਨੇ ਆਪ ਨਹੀਂ ਉੱਡਣਾ ਜਾਂ ਅੱਗੋਂ ਬੱਚੇ ਨਹੀਂ ਡਾਉਣੇ ਠੀਕ ਹੋ ਗਿਆ। ਕਮਾਲ ਕਬੂਤਰ ਨੇ ਸਾਰੀ ਉਹ ਵੀ ਯਾਰ ਤੁਸੀਂ ਤੇ ਵਕਤ ਗੁਜ਼ਾਰੇ ਇਹਨਾਂ ਟੈਡੀ ਕਬੂਤਰਾਂ 'ਚ ਜੀ ਜੀ ਵੇਖੋ ਟੈਡੀ ਜਿਹੜੇ ਹੋਣ ਵਾਲੇ ਟੈਡੀ ਨੇ ਉਹਨਾਂ 'ਚ ਤੇ ਇਹਨਾਂ 'ਚ ਕੀ ਫਰਕ ਸੀ? ਹੁਣ ਤੇ ਟੈਡੀ ਘਰ ਘਰ 'ਚ ਟੈਡੀ ਚਿੱਟੀਆਂ ਹੀ ਅੱਖਾਂ ਨੇ, ਹੁਣ ਤੁਸੀਂ ਉਸੇ ਨਜ਼ਰ ਨਹੀਂ ਉੱਦਾਂ ਸਾਰੇ ਟੈਡੀਆਂ ਨੂੰ ਵੇਖਦੇ? ਨਹੀਂ ਜੀ ਮੈਂ ਤੁਹਾਨੂੰ ਥੋੜ੍ਹੇ ਦਿਨਾਂ ਤੱਕ ਬੁਲਾਵਾਂਗਾ ਠੀਕ ਹੋ ਗਿਆ, ਅਗਰ ਮੇਰੇ ਹਾਲਾਤ ਨੇ ਮੈਨੂੰ ਦਿੱਤੀ ਤੇ ਅੱਲਾ ਪਾਕ ਕੋਈ ਜ਼ਿੰਦਗੀ ਦਿੱਤੀ ਅੱਲਾ ਪਾਕ ਨੇ ਇਨਸ਼ਾਅੱਲਾ, ਤੇ ਤੁਸੀਂ ਵੇਖ ਕੇ ਉਦੋਂ ਫਰਕ ਕੱਢਣਾ ਠੀਕ। ਜਿਹੜੇ ਉਹ ਵਾਲੇ ਕਬੂਤਰ ਸੀ ਨਾ ਟੈਡੀ ਉਹ ਸੀ ਰਿੰਗਦਾਰ ਅੱਖਾਂ ਦੇ ਲਾਲ ਦੂਜਾ ਵਾਰ ਲਿਆ ਥੋੜੀਆਂ ਚਿੱਟੀਆਂ ਅੱਖਾਂ ਕਰ ਲਈਆਂ, ਉਹ ਚਿੱਟੀਆਂ ਅੱਖਾਂ ਵਾਲਿਆਂ ਨੂੰ ਭਾਜ ਲੋਕੀ ਪੈਂਦੇ ਭਾਵੇਂ ਉੱਡੇ ਤੇ ਭਾਵੇਂ ਨਾ। ਜਿਹੜੇ ਸੇਠ ਨੇ ਬਣਾ ਲਏ ਉਹ ਕਬੂਤਰ ਕਿਹੜੇ ਨੇ? ਸੇਠ ਵਾਲੇ ਵੀ ਜਿਹੜੇ ਨੇ ਸਾਡੇ ਸਾਦਾਂ ਦੇ ਮਹਿਰਾਂ ਦੇ ਮਹਿਰਾਂ ਵਾਲੇ ਕਬੂਤਰ ਨੇ, ਉਹਨਾਂ ਦੇ ਵਿੱਚ ਕੋਈ ਦੂਜੇ ਕਬੂਤਰ ਉਹਨੇ ਬਾਬੇ ਵਾਲੇ ਇੱਕ ਪਤਾ ਨਹੀਂ ਕਿਹੜੇ ਕਬੂਤਰ ਸੀ ਉਹ ਵਿੱਚ ਪਾਇਆ ਉਹਨਾਂ ਨੇ, ਕਬੂਤਰੀ ਮਹਿਰਾਂ ਦੀ ਸੀ ਕਬੂਤਰ ਉਦੋਂ ਪਾਇਆ ਉਹ ਬਾਬਾ ਲੰਮੀਆਂ ਚੁਣ ਜਾਂਦੇ, ਲੇਕਿਨ ਉਹਨਾਂ ਦੀ ਵਿਕਰੀ ਸਾਡੇ ਆਮ ਕਬੂਤਰਾਂ ਨਾਲੋਂ ਜ਼ਿਆਦੀ ਜ਼ਿਆਦਾ ਸ਼ੋ ਪੀਸ ਨੇ ਨਹੀਂ ਜੀ ਉੱਡਦੇ ਵੀ ਹਨ, ਉੱਡਦੇ ਵੀ ਕਰਾਸ ਕਰੂਸ ਪਾ ਕੇ ਡਾਲਵੋ ਜਾਂ ਸ਼ਾਇਦ ਵਾਲੀ ਗੱਲ ਓਰਿਜਨਲ ਜਿਹਦੀ ਲੰਮੀ ਨੋਕ ਨਿਕਲ ਆਉਂਦੀ ਭਾਜੀ ਉਹ ਤੇ ਉਹ 50,000 ਰੁਪਏ ਦਾ ਬਣ ਜਾਂਦਾ ਜਾਂ 1,00,000 ਦਾ, ਤੁਹਾਨੂੰ ਛੱਡਣਾ ਕਿੰਨੇ ਆ? ਛੱਡਣਾ ਉਹਨੂੰ ਕਿਸੇ ਨੇ ਨਹੀਂ ਛੱਡਣਾ ਛੋਟਾ। ਯਾਰ ਤੁਸੀਂ ਐਡੇ ਪੁਰਾਣੇ ਉਸਤਾਦ ਹੋ ਇੰਨੀ ਨੋਕ ਤੋਂ, ਨਹੀਂ ਨਹੀਂ ਪੁਰਾਣੀ ਦੇਸੀ ਨੋਕਾਂ ਇੰਜ ਜੀ ਜੀ ਇਹਨਾਂ ਤੋਂ ਐਡੀ ਲੰਮੀ ਕਰ ਦੇਣੀ ਡਬਲ ਡਬਲ, ਕੀ ਫਨ ਕੀ ਗੱਲ ਕੀ ਬਾਤ, ਕੋਈ ਥੋੜ੍ਹੀ ਦੱਸੋਗੇ ਇਹਦੇ ਸੂਰਤ ਹਾਲ, ਕੋਈ ਰੋਸ਼ਨੀ ਪਾਓਗੇ ਦੋਸਤਾਂ ਨੂੰ ਦੱਸੋਗੇ? ਨਹੀਂ ਸਰ ਇਹਦਾ ਮੈਨੂੰ ਨਾ ਕੋਈ ਐਡਾ ਹੀ ਲੰਮ ਨਹੀਂ ਹੈਗਾ ਅਤੇ ਡੱਬ ਵਾਲੇ ਕਬੂਤਰਾਂ ਦੀ, ਕਿਉਂਕਿ ਜਿਹੜੇ ਮਾਮਦੀਨ ਕਬੂਤਰ ਸੀ ਨਾ ਮੋਮੀ ਨੋਕਦੇ ਸੀ, ਮੋਮੀ ਨੋਕ ਅਤੇ ਕਾਲੇ ਗਾਟੇ ਦੇ। ਅੱਛਾ ਨਹੀਂ ਸਮਝਿਆ, ਜਿਸ ਤਰ੍ਹਾਂ ਸਾਨੂੰ ਮੀਆਂ ਨਜ਼ੀਰ ਨੇ ਦੱਸਿਆ, ਮੈਂ ਤੇ ਬਿਲਾ ਫਜ਼ਲ ਵਾਲਾ ਅਸੀਂ ਆਏ ਦਿਨ ਉੱਥੇ ਪਹੁੰਚੇ ਹੁੰਦੇ ਸਾਂ ਮੀਆਂ ਨਖੋਂ, ਮੀਆਂ ਨੀ ਮੈਨੂੰ ਕਹਿੰਦੇ ਹੁੰਦੇ ਸੀ ਭਾਰਨੀਫ, ਉਹਨੇ ਕਹਿੰਦਾ ਯਾਰ ਭਾਰਨੀਫ, ਮੈਂ ਉਹਨੂੰ ਕਿਸੇ ਨੂੰ ਪੁੱਛਣਾ ਨਾ ਗੱਲ ਵੀ ਮੀਆਂ ਜਿਹਾ ਡੱਬਾ ਵਾਲਾ ਕਬੂਤਰ ਜਿਹੜਾ ਹੈ ਮਾਮਦੀਨ ਕਬੂਤਰ, ਉਹਨੇ ਕਿਹਾ ਯਾਰ ਇਹ ਗੋਰਗੰਦ ਇੱਕ ਹੈਗਾ ਸੀ ਮਾਮਦੀਨ ਅਤੇ ਸਾਡਾ ਪਿਓ ਜਿਹੜਾ ਸੀ ਮੁਹੰਮਦ ਸਨ ਉਹਦਾ ਨਾਂ ਸੀ, ਅਤੇ ਉਸ ਵਕਤ ਦੇ ਵਿੱਚ ਨਾ ਇਹ ਕਬੂਤਰ ਜਿਹੜਾ ਡਿੱਗਿਆ ਸੀ, ਉਹਨੇ ਉਹ ਗੋਰਗੰਦ ਨੇ ਸਾਨੂੰ ਕਿਹਾ ਯਾਰ ਇਹ ਕਬੂਤਰ ਇੱਕ ਤਰ੍ਹਾਂ ਡਿੱਗਿਆ ਬਿਮਾਰ ਹੋਇਆ, ਅਸੀਂ ਖਾਂਚੇ ਜਿਹੇ ਜਦੋਂ ਥੱਲੇ ਦੇ ਤਾਂ ਉਹਦੇ ਕੁੱਕੜਾਂ ਦੇ, ਕਹਿੰਦਾ ਉਹ ਮੁੜ ਕੇ ਸੀਗਾ ਯਾਰ ਪਤਾ ਨਹੀਂ ਬਿਮਾਰ ਹੈ, ਜਦੋਂ ਵੇਖਿਆ ਉਹ ਠੀਕ ਹੋ ਗਿਆ ਕੋਈ 2 ਘੰਟਿਆਂ ਬਾਅਦ, ਅਸੀਂ ਉਹਨੂੰ ਡਾਉਣਾ ਚਾਲੂ ਕੀਤਾ ਅਤੇ ਬਹੁਤ ਜ਼ਿਆਦਾ ਉੱਡਿਆ, ਅਤੇ ਜਦੋਂ ਕਿਸੇ ਦੋਸਤਾਂ ਨੇ ਪੁੱਛਣਾ ਕਿਹੜਾ ਕਿਹੜਾ ਉੱਤੇ ਉਹਨੂੰ ਦੱਸਣਾ ਕਿ ਯਾਰ ਇੱਕ ਮਾਮਦੀ ਨਾਲ, ਉਹ ਕਹਿੰਦਾ ਉਹਦੇ ਤੋਂ ਫਿਰ ਅਸੀਂ ਜੋੜੇ ਪਾ ਲਿਆ, ਉਹ ਤੋਂ ਮਾਮਦੀਨ ਕਬੂਤਰ ਬਣ ਗਏ। ਇਸ ਲਈ ਉਹਨੇ ਕਿਹਾ ਡੱਬ ਵਾਲੇ ਕਬੂਤਰ ਸੀ, ਇੱਕ ਕਬੂਤਰ ਡੱਬ 'ਚ ਉੱਥੇ ਡਿੱਗ ਪਿਆ, ਉਹ ਡੱਬ ਹੁੰਦੀ ਹੈ ਉਹਦੇ 'ਚ ਦੋ ਸਾਨੂੰ ਦੇਗਾ ਕੋਈ, ਅਤੇ ਉਹਨਾਂ ਨੇ ਜਦੋਂ ਵੀ ਪੁੱਛਣਾ ਉੱਤੇ ਕਿਹੜਾ ਜੀ ਡੱਬ ਵਾਲਾ,
ਜਿਹੜਾ ਸਾਨੂੰ ਜਿਹੜਾ ਉਹਨਾਂ ਕੋਲ ਥੋੜ੍ਹਾ ਜਿਹਾ ਪਤਾ ਲੱਗਾ ਹੈ। ਠੀਕ ਹੋ ਗਿਆ ਜੀ। ਲਓ ਜੀ, ਹੋਰ ਕਿਸੇ ਦੋਸਤ ਦੀ ਖੁਆਇਸ਼ ਹੈ ਲੱਭਾ ਭਾਈ? ਅੱਲਾ ਹੀ ਅੱਲਾ ਹਾਕੇ ਸਾਰਾ ਠੀਕ ਹੋ ਗਿਆ। ਇੱਧਰ ਦੇਖੋ, ਅਸੀਂ ਤਾਂ 10 ਵਜੇ ਰਾਤੀ 10 ਵਜੇ ਤੋਂ ਲੈ ਕੇ, ਮੈਂ ਬਾਬੇ ਸਿਕੰਦਰ ਦਾ ਪਿੱਛੇ ਇੰਟਰਵਿਊ ਕੀਤਾ, ਰਾਤੀ 10 ਵਜੇ ਤੋਂ ਲੈ ਕੇ ਸੁਬਾਹ 6:30 ਹੋ ਗਏ। ਚੱਲ ਸੋ ਚੱਲ ਅਸੀਂ ਨੀ ਥੱਕਦੇ, ਅਸੀਂ ਥੱਕਣ ਵਾਲੇ ਨੀ ਹੈਗੇ। ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜੀ, ਅੱਲਾ ਬੇਲੀ ਤੇ ਰੱਬ ਰਾਖਾ, ਅਸਲਾਮ ਵਾਲੇਕਮ।